समान लद के किधर मुँह चक्या वे। तेरी मर्जी तो बिना तो बीबीएस घर चो कोई मिट्टी की मुठ नहीं चक सकता, मूँह किसी ने की चकना। ना बोलना कितों सीखे। चुप रह के भी की मिले मां, दे आशीर्वाद। आशीर्वाद भी मिल जू, पहला सीधी सीधी तरह ये दस पुत मेरिया बई चलिया किधर है। मेरी बदली होगी बीबी, जयंती माजरी चंडीगढ़ दे कोल। ना पहला तो दस्या नहीं, फिर बहुत देर तो कदे किसी ने कुछ पूछया भी तो नहीं। नाले बीबी तू पुछदी नहीं, तू तो बस कहनी है। चलदा मैं। सतनाम सतनाम जी जप लै वाहेगुरु वाहेगुरु जी, सतनाम सतनाम जी जप लै वाहेगुरु वाहेगुरु जी। स्कूल किधर है जी? सीधा भाग जा। बहुत मेहरबानी। किते नवा मास्टर तो नहीं लगता? एक चिट्ठी होर वध गया अपने पिंड च। मेरे अंडर ज्वाइन करने का मतलब है नो फर्लो। मैं आप छुट्टी लेंदा नहीं ते किसी ने छुट्टी तो बिना जान नहीं देंदा। क्या बात है, वेरी गुड सर। बच्चे उठो पुत्र, चलो क्लास। ठीक है सर। अपना भी मास्टर जी तुहाडे वाला हिसाब ही है वैसे। मैं तो बल्कि संडे नु भी स्कूल ले आके बहुत खुश हुंदा। मैं तो आया करूंगा संडे नु, तुसी वेखो जे सेटिंग बनदी है। ओ छड्डो तुसी इन गल्लां नु, मैं तुहाडे रहण दा इंतजाम सूबेदार साहब दे घर कर दित्ता। आ बिजली पानी दे खर्चे मिला के 2500 रुपए तुहानू। इंडिया च किन्नीयां स्टेटां ने हुण? ओ कमाल करदे हो नीतू मैडम, आ गूगल आंटी तुहाडे कोल है, इहनू पुछो। मैडम 29 स्टेट्स ने ते 7 यूनियन टेरिटरीज। चलो चलो। ओके। वैसे तुहाडा गूगल अंकल बनना ठीक नहीं। सर जी सर जी, अज फड़ लो, किन्ने बजे मारनी है जी तुसी? मिड डे मील खा के जी जां पहले ही जी? केड़ी फड़ लो, तू जा जाके अपना काम कर, मार सब्जी च कड़छी कुड़छी। आ नवे नवे सर जी, सत श्री अकाल जी। सत श्री अकाल भैन जी, सत श्री अकाल। चलो सत श्री अकाल। अच्छा मैनू सारे दस दो, मैं क्लास केड़ी लेनी है? ओ छड्डो सर, पहला दिन कादियां क्लासा, सारा साल क्लासा ही लेनी है। हुण तुसी रेस्ट करो, गेटो खब्बे पासे निकल के जिन्हों मर्जी पुछ लो सूबेदारा दा घर। पर उस तो पहले एक मिनट रुको महाराज, एक सेल्फी तो कर लिए फेसबुक ली, लिख के पावांगे के फीलिंग होरू होरू विद न्यू कलीग। आ स्माइल प्लीज। ਪੰਜਾਹ ਰੁਪਏ 70 ਪੈਸੇ ਨੱਥੂ ਭਾਨੋ ਕਾ, 5 ਰੁਪਈਏ ਚਰਨਾ ਫੁੱਲ ਦਲਵਾਰੇ ਕਾ, 16 ਰੁਪਈਏ ਕਰਮੀ। ਹਾਂਜੀ ਭਾਈ ਸਾਹਿਬ, ਕੀ ਚਾਹੀਦਾ? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਸਮਾਈਲ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ, ਨਾਲੇ ਗੱਲਾਂ ਬੜੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਜੀ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ ਓਏ ਉਲਗੀ ਵਿੱਚ ਆਵਾ। ਅੱਛਾ ਸ਼ੰਭੂ ਨਾਥ ਜੀ, ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਹੈ ਭਲਾ? ਅੱਛਾ ਅੱਛਾ ਸੂਬੇਦਾਰ ਦੇ ਜਾਣਾ ਹੈ, ਮੈਂ ਤਾਂ ਰੌਂਗ ਨੰਬਰ ਹੀ ਦਾਦਾ ਸੀ। ਐਂ ਕਰੋ ਮਾਸਟਰ ਜੀ, ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆਊਂਗਾ ਮੈਂ। ਠੀਕ ਹੈ ਜੀ ਠੀਕ। ਪਰ ਸ਼ੰਭੂ ਨਾਥ ਜੀ, ਹਾਂਜੀ ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ ਹਾਂ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਰੌਂਗ ਨੰਬਰ ਆ ਗਿਆ ਮੇਰੇ ਨਾਲ।
ਜਾਂਦਾ ਜਾਂਦਾ ਪਤੰਦਰ 97 ਰੁਪਈਏ ਨੱਪ ਗਿਆ ਮੇਰੇ। ਚੱਲ ਰਕਮ ਤਾਂ ਕੋਈ ਵੱਡੀ ਨਹੀਂ ਸੀ, ਊ ਗੱਲ ਹੈ ਇੱਕ। ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਹੀ ਰੱਖ ਲਿਓ। ਹੈਂ ਪੁੱਤਾ ਬੜਾ ਦਿਲਦਾਰ ਲੱਗਦਾ ਬਈ। ਹੈਂ ਓਬਿੰਦਰ ਪੁੱਤਰ, ਮਾਸਟਰ ਜੀ ਆਏ, ਵਾਟਰ ਸਪਲਾਈ ਕਰੋ ਇਹਨਾਂ ਨੂੰ ਪਰ ਇੱਕ ਗਲਾਸ। ਮੈਂ ਵਾਟਰ ਵੇਸਟਿੰਗ ਨੂੰ ਹੇਟ ਕਰਦਾ ਜੀ। ਖੈਰ, ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ? ਨਾ ਜੀ, ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ, ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦੇਣਗੇ। ਥੈਂਕ ਯੂ ਭੈਣ ਜੀ। ਮੇਰੀ ਧੀ ਹੈ ਬਿੰਦਰ, ਇੱਕ ਦੋਤਾ ਹੈ ਮੇਰਾ, ਮਿੱਠੂ ਹੈ ਉਹਦਾ ਨਾਂ, ਸਾਰਾ ਦਿਨ ਜੀ ਲਾ ਰੱਖਦਾ ਹੈ, ਤੁਹਾਡੇ ਹੀ ਸਕੂਲ 'ਚ ਪੜ੍ਹਦਾ ਹੈ। ਅੱਛਾ, ਆ ਪੌੜੀਆਂ ਚੜ ਜਾ, ਇਹ ਚਵਾਰਾ ਤੁਹਾਡਾ ਹੀ ਹੈ ਜੀ। ਸੁਭਦਰ ਸਾਹਿਬ ਸ਼ੁਕਰੀਆ। ਬਿੰਦਰੇ, ਮਾਸਟਰ ਜੀ ਵਾਸਤੇ T2 ਧਰ ਲਓ। ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਹੈ ਬਾਣੀ ਸਤਿਗੁਰੂ ਨਾਨਕ ਦੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਬਾਣੀ ਜੀ, ਗੁੱਡ ਮਾਰਨਿੰਗ। ਆਲੋ ਪ੍ਰਸ਼ਾਦ ਲੈ ਲਓ। ਲਿਆਓ ਜੀ। ਹੈ ਗੁਰਮੁਖ ਜੀ, ਸਿਰ ਤਾਂ ਟੱਕ ਲਓ। ਓ ਸੌਰੀ ਯਾਰ ਬਾਣੀ, ਵੈਸੇ ਨਾ ਮੈਂ ਤਾਂ ਨਾਂ ਦਾ ਹੀ ਗੁਰਮੁਖ ਹਾਂ, ਕਹਿਣੀ ਔਰ ਕਰਨੀ ਦੀ ਗੁਰਮੁਖ ਤਾਂ ਤੂੰ ਹੈ ਬਾਈ। ਓਏ ਹੋਏ ਹੋਏ, ਇੰਨਾ ਮਾਨ ਬਖਸ਼ਿਆ ਨਹੀਂ ਬਾਣੀ ਨੂੰ। ਅੱਜ ਤਾਂ ਭਾਵੇਂ ਮੈਂ ਰੋਟੀ ਨਾ ਹੀ ਖਾਵਾਂ, ਪਿਆਰ ਨਾਲ ਹੀ ਰੱਜ ਗਈ। ਹੁਣ ਤਾਂ ਸਗੋਂ ਆਉਣ ਵਾਲੇ ਲਈ ਵੀ ਖਾਣਾ ਤੁਸੀਂ। ਜੇ ਮੇਰੇ ਹੁੰਦਿਆਂ ਮਾਂ ਪੁੱਤ ਦੀ ਖੁਰਾਕ 'ਚ ਕੋਈ ਕਮੀ ਆਈ ਨਾ, ਫਿਰ ਵੇਖਿਓ ਤੁਸੀਂ। ਤੁਸੀਂ ਵੀ ਮਾਂ ਪੁੱਤ ਕਿਹਾ, ਤੁਸੀਂ ਵੀ ਚਾਹੁੰਦੇ ਹੋ ਕਿ ਪੁੱਤ ਹੀ ਹੋਵੇ। ਉਹ ਤੂੰ ਕਮਲੀਆਂ ਦੱਸ, ਹੈ ਉਹੀ ਸਬੌਕੀ ਮੇਰੇ ਮੂੰਹ ਨਿਕਲ ਗਿਆ ਸੀ। ਮੈਨੂੰ ਤਾਂ ਨਿਆਣਾ ਚਾਹੀਦਾ, ਮੁੰਡਾ ਹੋਵੇ ਜਾਂ ਕੁੜੀ, ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ ਤੈਨੂੰ। ਜਾਓ ਤੁਸੀਂ, ਡਰਾਈ ਦਿੱਤਾ ਮੈਨੂੰ। ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ। ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ ਪੋਤਾ ਚਾਹੀਦਾ। ਓਏ ਓ ਐਵੇਂ ਸੋਚਿਆ ਨਾ ਕਰ ਬੀਬੀ ਬਾਰੇ, ਤੈਨੂੰ ਪਤਾ ਬੁੜੀਆਂ ਦੀ ਆਦਤ ਦਾ। ਦਰਅਸਲ ਉਹ ਵੀਰ ਵੱਡੇ ਦੇ ਵੀ 3 ਕੁੜੀਆਂ ਹੀ ਆ ਨਾ, ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ। ਅੱਛਾ, ਤੇ ਜੇ ਪੋਤੀ? ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ। ਨਾ ਜੀ ਨਾ। ਹਾਂ ਜੀ ਹਾਂ। ਨਾ ਜੀ ਨਾ। ਮਾਸਟਰ ਜੀ, ਕੀ ਗੱਲ, ਅੱਖ ਲੱਗ ਗਈ ਸੀ? ਨਾ ਜੀ, ਲੱਗੀਆਂ ਯਾਦ ਆ ਗਈਆਂ ਸੀ। ਥੋੜਾ ਉੱਚੀ ਬੋਲਿਆ ਕਰੋ, ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ। ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲਿਆਏ ਨਾ, ਹੋਈ ਤਾਂ ਵੈਸੇ ਤੁਹਾਨੂੰ ਖਿੱਚ ਲਈ ਹੈ। ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਜਦੋਂ ਤੁਸੀਂ ਬਣਾਉਣ ਲੱਗ ਗਏ ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ 'ਤੇ ਖੜ ਜਾਇਆ ਕਰਦਾ। ਮੈਂ ਸ਼ਰਮ ਨਹੀਂ ਮਹਿਸੂਸ ਕਰਦਾ। ਬਾਈ ਦੀ ਵੇ, ਜਾਤ ਗੋਤ ਕੀ ਹੈ ਤੁਹਾਡਾ? ਜਾਤ ਮੇਰੀ ਸਿੱਖ ਹੈ ਜੀ, ਗੋਤ ਸਿੰਘ। ਸਤਨਾਮ ਸਤਨਾਮ ਜੀ, ਜਪ ਲੈ ਵਾਹਿਗੁਰੂ ਵਾਹਿਗੁਰੂ ਜੀ, ਸਤਨਾਮ ਸਤਨਾਮ ਜੀ, ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਦਾਤਾ ਸਭ ਨੂੰ ਹੀ ਜਾਣੇ, ਕੋਈ ਰਾਜਾ ਕੋਈ ਭਿਖਾਰੀ। ਵਾਹਿਗੁਰੂ, ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ, ਮਨ ਨੀਵਾਂ ਤੇ ਮਤ ਉੱਚੀ ਰੱਖਣਾ, ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ। ਜਪ ਲੈ ਵਾਹਿਗੁਰੂ ਵਾਹਿਗੁਰੂ ਜੀ,
सतनाम सतनाम जी जप लै वाहे गुरु जी। पिंड च कोई बंदा नहीं दसदा, इत्थे शाम नू किते कर्फ्यू तो नहीं लगता, किधर गई सारी जनता? इत्थे आ देश दी इंपोर्टेंट जनता, आपना हैंगर तू किधर लटकदा फिरदा ओए? ओ पतंदरो तुसी भी करो बाहर दुखी है जेड़े रोज ही आ जांदे। रागिया स्कीमा वे हैंगरा ਮਾਡਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀਆ। ਅਸਲੀ ਨਾਮ ਕੀ ਹੈ? ਕੀ ਗੱਲ, ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦੇ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ। ਡਿਊਟੀ ਦਾ ਤਾਂ ਕੀ ਹੈ ਜੀ, ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ। ਹੈਂ, ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ, ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾਂ, ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ। ਹੈਂਗਰਾ, ਮੈਨੂੰ ਮਾਟਰ ਪਹਿਲਾਂ ਹੀ ਘੁੱਟ ਲਾ ਕੇ ਲੱਗਦਾ ਪਰ ਕੱਚ ਹੈ। ਕੋਈ ਗੱਲ ਨਹੀਂ ਜੀ, ਹੋਰ ਲਵਾ ਦਿੰਦੇ ਹਾਂ। ਕਿਹੜੀ ਲਿਆਵਾਂ ਜੀ? ਮਾਫ਼ ਕਰੋ ਮਿੱਤਰੋ, ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ। ਫਿਰ ਇੱਥੇ ਕੀ ਮੋਮਬੱਤੀਆਂ ਲਾਉਣ ਆਇਆ? ਮੈਂ ਜੀ ਦਰਅਸਲ ਛੇਤੀ ਦੇ ਬਈ ਗੁਰੂ ਘਰ ਗਿਆ ਸੀ, ਉੱਥੇ ਦਿਸਿਆ ਹੀ ਕੋਈ ਨਹੀਂ। ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ? ਮੈਂ ਨਹੀਂ ਕਿਸੇ ਨੂੰ ਸੁੰਘਿਆ। ਉਹ ਤੈਨੂੰ ਨਹੀਂ ਕਿਹਾ ਸੱਪ? ਦਰਅਸਲ ਜੀ, ਲੋਕਾਂ ਨੂੰ ਮਿਲੇ ਬਿਨਾਂ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾਂ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ। ਤੁਰੇ ਫਿਰਦੇ ਆ ਇੱਧਰ ਰੌਣਕ ਜੀ ਦੀ ਸੀ, ਇੱਧਰ ਨੂੰ ਆ ਗਏ ਜੀ। ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ, ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ, ਤੇ ਆ ਲਾਟਰੀ ਅਰਗੇ ਆ ਜਿਹੜੇ ਇਸੇ ਖਾੜਾ ਲਾਉਂਦੇ ਸ਼ਾਮ ਨੂੰ। ਐ ਕਰੋ ਫਿਰ ਮਿੱਤਰ ਪਿਆਰਿਓ, ਇੱਕ ਕੱਪ ਚਾਹ ਦਾ ਪਿਆਓ। ਸਰ ਚਾਹ ਨਾ ਪੀਏ ਤੇ ਨਾ ਪਿਆਈਏ, ਚਾਹ ਤਾਂ ਹੈ ਨਹੀਂ ਜੀ। ਉਹ ਹੈ ਨਹੀਂ, ਉਹ ਕੱਲ ਸਕੂਟਰ ਚੱਕਿਆ ਗਿਆ, ਉਹ ਦੇਖ ਲਓ ਅੱਜ ਸਾਈਕਲ ਚੱਕਿਆ ਗਿਆ, ਉਹ ਮੈਂ ਲੁੱਟਿਆ ਗਿਆ। ਉਹ ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂ, ਪਰ ਰੁਪਈਆ 100 ਲੱਗੂ। ਅਗਲੇ ਦਾ ਸਮਾਨ ਚੋਰੀ ਕਰਵਾਤਾ, ਬਾਅਦ ਚ ਉਹੀ ਚੋਰੀ ਦਾ ਸਮਾਨ ਦੱਸਣ ਦੇ ਵਿੱਚ ਮੋਟੀ ਫੀਸ ਲਾ ਤੀ ਅਗਲੇ ਨੂੰ। ਨਾਈਸ, ਵੈਰੀ ਨਾਈਸ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਲਾਟਰੀ ਕੀ ਕਹਿ ਗਿਆ ਇਹ? ਮਤਲਬ ਕਹਿੰਦਾ ਵੀ ਕਹਿੰਦਾ 100 ਰੁਪਿਆ ਫੀਸ ਘੱਟ ਹੈ, ਰੇਟ ਚੱਕ ਲੋ। ਓਕੇ ਜੀ, ਥੈਂਕ ਯੂ। ਬਸ ਨਾਟੀ ਸਰ ਜੀ ਅੱਗ ਲੱਗੀ ਪਈ ਆ ਸਬਜ਼ੀ ਮੰਡੀ ਚ ਤਾਂ। ਓਹੋ, ਕੀ ਹੋ ਗਿਆ, ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਓ ਨਾ ਸਰ ਜੀ, ਉਹ ਵਾਲੀ ਨਹੀਂ, ਮਹਿੰਗਾਈ ਵਾਲੀ। ਕੀ ਰੌਲਾ ਪਾਇਆ ਤੁਸੀਂ? ਓਏ, ਤੁਹਾਡੇ ਮਾਸਟਰ ਜੀ ਕਿੱਥੇ ਆ? ਚਲੋ ਬੈਠੋ। ਇੱਥੇ ਨੇ। ਕਿੱਦਾਂ ਗੁਰਮੁਖ ਜੀ, ਅੱਜ ਭੁੰਜੇ ਹੀ ਆਸਣ ਲਾਇਆ, ਸੁੱਖ ਤਾਂ ਹੈ? ਪੁੱਲਰ ਸਾਹਿਬ, ਬਾਬਾ ਜੀ ਕਹਿ ਗਏ ਸੀ ਨਿਵੇਂ ਸੋ ਗੌੜਾ ਹੋਏ, ਸੋ ਕਦੇ ਕਦੇ ਬਾਬਾ ਜੀ ਦੀ ਮੰਨ ਲਈਦੀ ਹੈ। ਫੜ ਲਓ ਸਰ ਜੀ, ਪਾਪਾ ਚੰਡੀਗੜ੍ਹ ਤੋਂ ਸਸਤੀ ਬੋਤਲ ਲੈ ਕੇ ਆਏ ਸੀ, ਲੈ ਜਿਓ। ਚੁੱਪ ਕਰੇ, ਮੈਂ ਜ਼ਰਾ ਚੱਕੀ ਤੋਂ ਆਟਾ ਚੁੱਕ ਲਿਆ ਵਾ, ਤੁਸੀਂ 2 ਮਿੰਟ ਇਹਨਾਂ ਨਾਲ ਭੰਬਾ ਪਾ ਖੇਡੋ। ਬਸ ਮੈਂ ਕਿਹਾ ਤੇ ਆਇਆ। ਠੀਕ ਹੈ, ਠੀਕ ਧਿਆਨ ਰੱਖਿਓ। ਓਏ, ਆ ਫੜ ਲਓ ਸਰ ਜੀ, ਕੀ ਹੁੰਦਾ? ਸਰ ਜੀ ਫੜ ਲਓ, ਜ਼ਿਆਦਾ ਮਾਰ ਦੇਣ ਜੀ। ਪੁੱਤ, ਕਦੇ ਟੀਚਰਸ ਦੇ ਪੁੱਠੇ ਨਾਂ ਨਹੀਂ ਲਈਦੇ, ਠੀਕ ਹੈ? ਸਰ, ਇਹਨਾਂ ਦੇ ਕਿਹੜੇ ਸਿੱਧੇ ਨਾਮ ਨੇ? ਆਹ ਪੈਟਰੋਲ ਹੈ, ਆਹ ਦੁੱਖ ਦੇਣਾ ਤੇ ਆਹ ਫਿਊਜ਼ ਹੈ। ਮੈਡਮ, ਜਿੱਥੇ ਕੋਈ ਚੀਜ਼ ਗਲਤ ਹੈ ਉਹਨੂੰ ਸਹੀ ਥਾਂ ਤੇ ਲੈ ਕੇ ਆਉਣਾ ਸਾਡਾ ਟੀਚਰਸ ਦਾ ਧਰਮ ਹੈ। ਜੇ ਇਹਨਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਨਾਂ ਹੀ ਨਹੀਂ ਪਤਾ ਹੋਣਗੇ ਤਾਂ ਫਿਰ ਇਹਨਾਂ ਨੂੰ ਭਾਈ ਜੈਤਾ ਜੀ, ਭਾਈ ਤਾਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਕਨਈਆ ਜੀ, ਬੰਦਾ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਦੀਵਾਨ ਟੋਡਰਮਾਲ, ਪੀਰ ਬੁੱਧੂ ਸ਼ਾਹ, ਇਹਨਾਂ ਦੇ ਨਾਮ ਕੌਣ ਦੱਸੇਗਾ? ਸੋ ਮੈਮ, ਸਿਖਾਉਣ ਵਾਸਤੇ ਸਿੱਖਣਾ ਪੈਣਾ। ਵਿਦਿਆ ਵਿਚਾਰੀ ਤੱਪਾ ਰੂਪਕਾਰੀ ਹੈ ਜੀ, ਕੀ ਜੀ? ਬੱਚੇ ਹੋਏ, ਬਾਬੇ ਗੁਰੂ ਨਾਨਕ ਦੀ ਬਾਣੀ ਹੈ ਤੇ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਕਿੱਧਰ ਜਾਣਾ ਔਰ ਕਿੱਧਰ ਨਹੀਂ ਜਾਣਾ।
और बाबे दे दर तो असीं जो भी सच्चे मनों मंगदे आ ना बच्चे वो सानू मिल जाता है। अच्छा सर जी, जो मंगो ओ ही मिल जांदा? सच्चे मनों मंगांगे जरूर मिलदा। सर जी, जे मंगे मैथ ना पढ़ाया जावे ता बांजू गल? आपां ये क्यों मंगना बच्चे कि मैथ्स ना पढ़ाया जाए सानू? आपां ये क्यों नहीं मंगदे कि बाबा जी मैनू मैथ समझ आ जाए? इसे गल दा इत्थे रौला बच्चे कि सानू मंगना ही नहीं आउंदा। गुड्डी, तू बहुत चुप करके बैठी है पुत, ना तू मन नाल खेडी है, किसी नाल गल भी नहीं करदी। हैं, की नाम है तेरा? सर जी, ये तो नाई फ्यूज है, इन्हें की बोलने? तेरे च ज्यादा करंट लगता पुत मैनू। हैं, तू चुप करके नहीं बहिंदा? सर जी, ताही तैनू पटराल कहिंदे आ। की नाम है मेरे पुत दा? जी ज्योति। पोती इज अ खूबसूरत ज्योति। जे बेबे दे घर होगी ना पोती, आपां उहदा नां ही रख देना ज्योति। बहुत सोहना नाम है पुत, ज्योति मतलब रोशनी, चानण। तू हनेरियां नूं दूर करेंगी पुत। सर, मैं किस दिन तो अरदास शुरू कर सकता जी? तू कादी अरदास शुरू करनी है भाई? सीक्रेट आ जी। जे वेला वक्त विचारीए तां कित वेला भगत होए। सो पुत, अगर असी अरदास लई पढ़ाई लई किसी खास समय का इंतजार करी जावांगे ना, वह फिर कदे हो ही नहीं सकता। कहिंदे ना, कल करे सो आज कर, आज करे सो अब, पल में परलय होएगी, फिर करोगे कब? ओ कदो बासमती भैया कालियां मिर्चां। ओ पिरथी, हां जी, आ सौदा पत्ता तोड़ के जा। ठीक है भाई। कमाल आ मास्टर जी, पहली बार किसी ने गुरमुखी जी पर्ची लिख के दी है। मही दा तो पंजवीं फेल थी, अंग्रेजी जी घोल कंधे मार के लिया है। ओ बोधी भौंकना, तू फीसा भरदा रहे मेरिया, पंजवीं फेल नाले पास, वो तो जटा दी जड़ें च सरकार बह गई, जिड़िया तेरे वरिया लड़िया बुटिया सानू झेडा कर लग गई। लग गया रौंकदा पता, वो थोनू थोड़ी क्या सोही साहब, गुस्सा लग रही हूँ कंधा एक। कर्जा चुकया थी, कहना गुआंढियां ने बंबू कर दिता, मैं कार दू, हूं गुआंढी तो हेलीकॉप्टर देंगे। बई तू अपनी कुड़ी हवाई जहाज देगा लफ्तांसा? गुस्सा ना करी गल एक, तू कर इन ये भी दस दे भाई, मेरे मुंडे का रिश्ता टूट गया, जे तेरा फिर भी नहीं सरदा फिर गल च ढोल पा ला। ऐ कर, गुरुद्वारे जाके ना अनाउंसमेंट करा दे, ठीक है? हाँ, हेलो भौंक, मैं बोधी राम दी बोधी पट रहा, कर आके तेरे गुत पटूंगा, हूं तू मेरी शकल देख के वर्त तोड़ने ना करो नहीं निकल। मलवादा दी पहाड़ा लिए ऐडा बड़ा रंग नंबर लादा दी, गुस्सा ना करी गल ना एक। ये की केस है जी? बस जी, केस बिगड़े ही समझो, करजे कुर्जे की गल तो मैं थोड़ा समझाई दी थी। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ, ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ, ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ, ਬਸ ਰੋਂਗ ਨੰਬਰ ਹੀ ਲਾਏ। ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ, ਕੋਈ ਨਹੀਂ ਬਾਅਦ 'ਚ ਆ ਜਾਣਗੇ ਲਿਖ ਲਾਂਗੇ। ਨਹੀਂ ਨਹੀਂ, ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨੀ, ਉਹ ਫਿਰ ਸਾਦੇ ਵੱਲ ਲਿਖ ਦਿਓ। ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਿਡ ਫੀਲਿੰਗ ਲਪਾਤਾ ਫੇਸਬੁੱਕ ਤੇ। ਮੇਰੇ ਸਗੇ ਯਾਰ, ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ। ਅੱਲਾ ਵਿੱਚ ਕੀ ਆ ਓਏ? ਓਏ ਤਾਂ ਫਿਸ਼ ਫਾਰ ਵਾਈਫ ਆ। ਪਾਪੀ ਲਈ ਫਿਸ਼, ਫਿਸ਼ ਪਾਪੀ ਲਈ। ਵੈਰੀ ਗੁੱਡ, ਵੈਰੀ ਨਾਈਸ ਹਸਬੈਂਡਰ। ਸੱਪ ਸੱਪ, ਬੈਠ ਬੈਠ, ਲੱਪੜਿਆ ਗਲਾਸੀ ਓਏ। ਦੋ ਚੀਜ਼ਾਂ ਜੱਟ ਮੰਗਦਾ, ਜੱਟ ਮੰਗਦਾ ਫਾ, ਜੱਟ ਮੰਗਦਾ ਸਲਫਾਸ, ਜੱਟ ਮੰਗਦਾ ਦਿਸ ਐਂਡ ਦੈਟ। ਹੁਣ ਹੁਣ ਜਾਂ ਬੈਂਕ ਵਾਲੇ ਨੀ, ਜਾਂ ਫਿਰ ਮੈਂ ਨੀ। ਟਰੈਕਟਰ ਚੱਕਣੂ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ, ਜੇ ਦਿੱਲੀ ਦੀਆਂ ਕੁਰਸੀਆਂ ਨਾ ਪਲਟਾ ਕੇ ਰੱਖ ਦਿਆਂ। ਹੈਂਗਰ ਲਿਆ ਵੀ ਮਿੱਤਰ ਪਿਆਰਿਆ, ਚਾਹ ਦਾ ਕੱਪ ਆ ਇੱਕ। ਚਾਹ ਕਿੱਥੇ ਹੈ? ਇੱਥੇ।
सोही साहब मैं सवेरे चाह का समान दे गया सी। सोही साहब भुको भुको सोही दे जखमा दे नून किस्मती माड़ी लिखती बैरी रब ने। लो दसो जी रब हुण इन्ना वेला भी बह के किस्मत लिखता फिर ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ। ਜਾ ਲਓ ਜੀ। ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਠੀਕ ਹੈ। ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ। ਚਿੱਠੀਆਂ ਚੁੱਠੀਆਂ ਤੇ ਅੱਜ ਕੱਲ੍ਹ ਲਿਖਦਾ ਕੋਈ ਨੀ ਸਾਮਕਾ। ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ टू सत नाम वाहे गुरु फ्रोम वाले का ना पता ही नहीं हुंदा उते यार फ्रोम सतनाम वाहे गुरु। अच्छा ਕੀ ਕਰਦਾ ਉਸ ਚਿੱਠੀ ਦਾ ਲਾਟਰੀ? ਕਰਨਾ ਕੀ ਹੈ, ਪੀਪਾ ਜਿਹਾ ਲਾਇਆ ਕੋਰੇ ਚ ਪਾ ਕੇ ਰੱਖ ਦੇਈਦੇ ਬਸ। ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ? ਇਮਾਨਦਾਰ ਹੈ ਲਾਟਰੀ ਭਾਈ ਸਾਹਿਬ, ਗਲਤ ਕੰਮ ਨਹੀਂ ਕਰਦਾ। ਉਹ ਬੇੜਾ ਬਹਿ ਗਿਆ ਉਹ ਕਿਸੇ ਦਾ, ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ। ਉਹ ਦੇਖ ਲਓ ਤੁਹਾਨੂੰ ਆਪਣੇ ਜਿੱਜੇ ਦਾ ਰੋਜ਼ ਕੋਈ ਸਮਾਨ ਚੱਕ ਕੇ ਲੈ ਜਾਂਦਾ। ਲਾਟਰੀ ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ, ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ। ਚੰਗਾ ਜੀ ਚੰਗਾ ਜੀ। ਆਓ ਮਤਲਬ ਪਹਿਲਾਂ ਮਤਲਬ ਵੀ ਮੈਂ ਸਮਝ ਨਹੀਂ ਮਾਸਟਰ ਕੀ ਕਹਿ ਕੇ ਜਾਂਦਾ ਜਾਂਦਾ। ਦੱਸ ਦੱਸ ਇਹਨੂੰ। ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ, ਐ ਨਹੀਂ ਸੁਧਰਨਾ ਸੱਪ ਨੇ। ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ। ਯੈਸ ਯੈਸ ਠੀਕ ਹੈ। ਓ ਮਾਸਟਰ, ਓ ਤੂੰ ਮੇਰੀ ਘਰਵਾਲੀ ਦੀ ਮੱਛੀ ਖਾ ਗਿਆ। ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ? ਓਹੋ ਸਰ ਜੀ, ਸ਼ਮਸ਼ੇਰ ਬਰਾਡ ਸੀਗਾ ਬਲੈਕੀਆ। ਸ਼ਮਸ਼ੇਰ ਬਰਾੜ ਆ ਮੈਂ, ਦੁੱਧ ਚੁੰਘਦਾ ਜਵਾਕ ਨੀ, ਨਾਲੇ ਜ਼ਰੂਰੀ ਨੀ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ। ਪਿੰਕੀਏ, ਓ ਪਿੰਕੀਏ, ਡੈਡ ਪਿੰਕੂ ਨਾਇਆ ਮੇਰਾ, ਬਾਪ ਆ ਤੇਰਾ, ਕੁਛ ਵੀ ਕਹਿ ਸਕਦਾ। ਓ ਤੂੰ ਕਾਲਜ ਨਹੀਂ ਗਿਆ ਅੱਜ? ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ, ਉੱਥੇ ਗਿਆ ਸੀਗਾ ਅਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ, ਕਿਹਨੂੰ ਮਿਲ ਕੇ ਆਇਆ, ਕਦੋਂ ਆਇਆ, ਡੈਡ ਕਿੱਥੇ ਤੇਰਾ? ਉਹ ਬੁੱਢਿਆਂ ਦੇ ਸੁਭਾਅ ਇਹੋ ਜਿਹੇ ਹੁੰਦੇ ਨੇ। ਹੁਣ ਕੀ ਪ੍ਰੋਗਰਾਮ ਹੈ ਤੇਰਾ? ਕਾਲਜ ਜਾਣਾ ਡੈਡ। ਓਏ ਕਾਲਜ ਨੇ ਕਿਹੜੇ ਨੋਟ ਤੇ ਦੇਣੇ ਨੇ, ਤੂੰ ਤਿਆਰ ਹੋ, ਅੱਜ ਡਿਲੀਵਰੀ ਦੇਣੀ ਇੱਕ। ਓਕੇ। ਓ ਮੰਨਤ ਕਿੱਥੇ? ਕਾਲਜ ਗਈ ਡੈਡ। ਹਾਂ ਮੰਤੇ, ਉਹ ਜਾਗਦੀਆਂ ਕਿ ਸੌਂ ਗਈ? ਹੈ ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ। ਓਏ ਹੋਏ ਹੋਏ, ਸਿਰਾ ਡਲਕ ਮਾਰਿਆ ਬਈ। ਕੀ ਆਸ ਸੀ, ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਂਦਾ। ਉਹ ਕਮਲੀਏ ਸ਼ਦੈਣੇ, ਇਸ਼ਕ ਦੀ ਫਿਲਮ 'ਚ ਨਾ ਕੁਛ ਕਲਕੇਸ਼ਨਾਂ ਨਾ ਬਾਰ ਬਾਰ ਰਿਪੀਟ ਹੁੰਦੇ ਨੇ, ਤੈਨੂੰ ਉਹ ਨਹੀਂ ਪਤਾ? ਬਹੁਤਾ ਹੀਰੋ ਨਾ ਬਣ, ਜਿੱਦਣ ਡੈਡੀਆਂ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਹਾਂ, ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ। ਓ ਯਾਰ ਤੂੰ ਹਾਰਟ ਬਾਏ ਹਾਰਟ ਗੱਲਾਂ ਕਰਨ ਆਈ ਆ ਕਿ ਹਾਰਟ ਅਟੈਕ ਦੇਣ ਆਈ ਆ? ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ। ਓਕੇ ਹੈ ਨਹੀਂ ਸੀ, ਆਪਣੀ ਮੰਗਣੀ ਟੁੱਟ ਚੁੱਕੀ ਹੈ, ਜੇ ਬਹੁਤਾ ਹੀ ਚਾਹ ਨਾ ਵਿਆਹ ਕਰਾਉਣ ਦਾ ਤਾਂ ਕੁਛ ਬਣ ਕੇ ਵਿਖਾ। ਓ ਯਾਰ ਹੁਣ ਮੈਂ ਜਹਾਜ਼ ਬਣ ਜਾ, ਗੱਲ ਚੱਲ ਤਾਂ ਰਹੀ ਹੈ ਮੇਰੀ ਦੋ ਤਿੰਨ ਕੰਪਨੀਆਂ ਨਾਲ, ਆਜੂਗੀ ਮੇਰੀ ਸੀ ਡੀ, ਫਿਰ ਦੇਖੀ ਆਸੀ ਸੋਹੀ ਆਸੀ ਸੋਹੀ ਹੁੰਦੀ, ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ, ਫਿਰ ਦੇਖੀ ਜਾਈ ਤੂੰ ਕਰਾਂ। ਫਿਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ। ਹੋਰ ਫਿਰ ਤਾਂ ਆਪਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ। ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ। ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ। ਪੱਕੀ ਗੱਲ ਹੈ। ਅੱਛਾ ਜੀ, ਯੱਟ ਦੇ ਰੀਸਾ
ਮਸ਼ਕਰੀਆਂ ਕਰਦੀਆਂ ਓਏ ਐ ਨਹੀਂ ਹੋਣੀਆਂ ਬੱਗੀਏ ਕਾਪੀ ਕਰਨਾ ਜੱਟੀ ਨੂੰ ਵੀ ਸਿਖਾਲਾ ਨਹੀਂ ਉਹ ਮੇਰੀ ਮਨ ਤੇ ਪਸ ਕਰ ਯਾਰ ਐਵੇਂ ਫਰੌਂਟੀ ਹੋਈਆਂ ਮਰੀਆਂ ਨਹੀਂ ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ ਜਦ ਤਾਂ ਤੂੰ ਘਰੋਂ ਬਾਹਰ ਨਹੀਂ ਨਿਕਲਦੀ ਤੂੰ ਕਰਦੇ ਕਿ ਗੇੜੀ ਮਾਰਨ ਨਾ ਆਇਆ ਕਰ ਇੱਥੇ ਤੱਕ ਲਾ ਲੈ ਤੇ ਫਿਰ ਐ ਕਰੀ ਹੁਣ ਕਰਾਂ ਅੱਖਾਂ ਦਾ ਸ਼ਟਰ ਨਾ ਖੁੱਲ੍ਹਾ ਹੀ ਰੱਖੀ ਲਾਊਂਗਾ ਦੋ ਘੰਟੇ ਤਾਂ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਲਾਵਾਂ ਚਿਣ ਚਿਣ ਪੇਚ ਪੱਗ ਤੇ ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਹੋ ਲਾਵਾਂ ਚਿਣ ਚਿਣ ਪੇਚ ਪੱਗ ਤੇ ਤੂੰ ਵੀ ਸੋਹਣੀ ਏ ਯਾਰਾ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਏ ਯਾਰਾ ਤੇ ਕਿੰਨਾ ਮਾਫੀ ਬੰਨਣੇ ਐਤਕੀ ਸਿਆਲ ਚ ਨੀ ਤੂੰ ਟੋਲੀ ਵਿੱਚ ਆ ਜੀ ਚੜ ਕੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਐ ਯਾਰਾਂ ਤੇ ਕਿੰਨਾ ਮਰਦੀ ਬੈਂਕ ਜੀ ਖੜਾਉਣਾ ਗੁੱਸਾ ਨਾ ਕਦੀ ਕਰਦਾ ਇੱਕ ਓਏ ਐਂ ਕਿਵੇਂ ਲੈ ਜਾਣਗੇ ਮੇਰਾ ਡਾਇਰੈਕਟਰ ਇਹਨਾਂ ਦੀ ਬੈਂਕ ਵਾਲਿਆਂ ਦੀ ਚੁੱਪ ਕਰ ਜਾ ਉਹੀ ਬੋਲੀ ਜਾਣ ਆ ਸੋਹੀ ਦਾ ਮੁੰਡਾ ਹੈ ਆਸੀ ਚਲੋ ਮੁੰਡਾ ਆ ਗਿਆ ਹੁਣ ਕੋਈ ਢੰਗ ਦੀ ਗੱਲ ਤਾਂ ਕਰੂ ਕੀ ਗੰਦ ਪਾਓ ਗੁਪਤਿਆ ਤੀਰੇ ਕਿ ਦਿਨ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ ਕਰਜ਼ੇ ਲਿਆ ਬੈਂਕ ਤੋਂ ਕੋਈ ਮੁਲਦਾ ਹੀ ਲੈਣਾ ਸਾਨੂੰ ਬੈਂਕ ਨੇ ਉਹ ਗੱਲ ਸੁਣ ਸੰਧੂਆ ਜੇ ਡਾਇਰੈਕਟਰ ਕਨੀ ਚੱਕ ਕੇ ਮੈਂ ਗੱਟੇ ਵੜ ਦੂੰ ਸਾਲੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆ ਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਡਾਇਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫ਼ਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲਾ ਮੈਂ ਤਾਂ ਲਵਾ ਵੀ ਝੋਟੇ ਦੀਆਂ ਗੋਡ ਨਹੀਂ ਆ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣਿਆਂ ਨੂੰ ਕਿਤੇ ਗਾ ਫੀਮ ਨੂੰ ਕੀ ਜੋਗੇ ਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਗਾ ਇਹ ਟੋਫੀ ਆ ਇਹ ਟਰੈਕਟਰ ਹੈ ਟਰੈਕਟਰ ਜੱਟ ਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਦੂੰ ਇੱਕ ਤੇ ਬੈਜੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਣ ਦਿਓ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਸਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਛ ਲਿਹਾਜ਼ ਹੋ ਸਕਦਾ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਇਮਾਨ ਰੱਖ ਲਓ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਆ ਨਾ ਚਲੋ ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਹਾਂ ਪਰ ਮੈਂ ਇੱਕ ਗੱਲ ਦੱਸਦਾ ਅਸੀਂ ਇੱਕ ਹਫ਼ਤੇ ਦੀ ਮੁਹਲਤ ਦਿੰਦੇ ਹਾਂ ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਵਾਂਗੇ ਚਲੋ ਸੰਧੂ ਸਾਹਿਬ ਚਲੋ ਬਹੁਤ ਤੂੰ ਐਂ ਕਰੀ ਓਏ ਬੜੀ ਮਿਹਰ ਹਫ਼ਤੇ ਬਾਅਦ ਨਹੀਂ 4 ਮਹੀਨੇ ਬਾਅਦ ਆ ਜੀ ਜੱਟ ਦਾ ਸਟੈਂਡ ਇਹੀ ਰਹੂਗਾ ਸੋਹੀ ਸਾਹਿਬ ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ ਭਾਵੇਂ ਗੁੱਸਾ ਹੀ ਗੱਲ ਜੀ ਉਹ ਗੱਲ ਹੈ ਬੱਦੀ ਮਰ ਜਾਏਗਾ ਮੇਰੇ ਹੱਥੋਂ ਬਿੰਦਰ ਭੈਣ ਹਾਂਜੀ ਵੀਰੇ ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ ਫੇਰ ਨਹੀਂ
मैं तो ही दस्या है भाई चाह बहुत स्वाद बनाने हो तुसी। चाह तो मैं बना दिनी हूँ वीरे, पर तुसी चाह घट पिया करो। एदे नाल तो तुसी पानी गर्म करके पी लिया करो ना। चाह तो मैं बना दिनी हूँ पर तुसी इनी चाह ना पिया करो। एदे नाल तो पानी गर्म करके पी लिया करो ना। वे तू क्या हुक्म चाड़दा रहना इनू, ये तो पहले नहीं रावना बहिंदी। बाणी मैं तेनू किन्ने वारी कहा ना तू आ कपड़े कुपड़े धोण दा काम ना करया कर। पोते दी दादी बनाउणा तू मैनू, पोते दी आ मेरी धी आराम कर ले। मैं ता पोते दा नां भी सोच रख्या, कुलतार रखूं कुल नू तारू। पीर दी सुख सुखी है ते डेरे वाले साथ दे भी लंगर करना सुख के आई आ। बी जी बच्चा जो भी होवे कुदरत दी देन आ, बच्चा ते बच्चा ही है ना। कुदरत दी ऐसी दी तैसी, जमना ते तू है ना, ना मैं नहीं जमे दो शेरां वर्गे। कुड़ी बारे तो मैं सोचा ही नहीं सी, सोचे भी मुंडे ते जमे भी मुंडे। बे तू की झाकदा कोठे ते खड़ा, पापा ता तुर गया तेरा पोते नू तरसदा, पर मैं नहीं मरना पोता खड़ा होए बिना। कह दे इनू, बोल गुरमुखा बोल। गुरमुखा, ओ गुरमुखा, किथे दी टिकट कटाई हुई है? चाह उपर आएंगे तू थले आएगा। मैं आना जी। नाले आज दी रोटी भी साड़े वाली खाली, बिंदर ने साग तरिया है जी। नाले बाबे दी बाणी दे लड़ किन्ने के बजे लगना है? बाणी दा लड़ते हुण कदे छड़े ही नहीं जाना जी। है की के है? मैं क्या जी, मैं खालांगा जी। सतनाम वाहे गुरु। सतनाम वाहे गुरु। लिखदा केड़ा है, केड़ा मेरी जान दा दुश्मन। ओए लॉटरी, ए चिट्ठी तेनू नहीं आई? नो, किसी दी चिट्ठी पढ़ना इस बेईमानी। भाई पोंग, तुसी दसो हुण की करा मैं? है सौंजा है जी, सौंजा। ठीक है जी, गुड नाइट। सतनाम वाहेगुरु। पता नहीं कौन लिखदा चिट्ठी ना। ओए लॉटरी सौ जा, नहीं तो मैं थल्ले आके तौड़ी ला देनी है। सॉरी भाई। आ गुरमुख पहला ट्रांसपोर्ट महकमे च काम करदा ही। क्यों की होया? आ वेखो ना, कदे ट्रेन बन जांदा कदे बस बन जांदा। वैसे नीतू मैडम है की भुल्लर सर, मेनू तो यह जमा ही मेंटल लगता। ओ सर जी, हुण दा सौदा पुत्ता वध लगन लग गया। जदों दे नवे सार आए ने जवाका दी हाजरी भी वध गई। हुण ना तुसी चौला चौला च कुंडी घट लाया करो जी। तां इत्थों हौली नहीं बोल हुंदा, कुंडी घट लाया करो, कुंडी घट लाया करो। मैडम मैं 2 मिनट तक चौक ते जाके आया, बस मैं गया ते आया। तुसी जद तक ट्रेन नूं झंडी दिओ कुंडी ना लाया करो। चलो जी, हुण तां रोटी खाण वाले आउणगे जी। बस बस बस, स्टॉप 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 स्टॉप। अच्छा बच्चियो, कल मैनूं पता ऐतवार है, ठीक है ना? छुट्टी का दिन है, पर तुसी सारे ने कुछ घंटे कढ़ने हैं बगीचे वास्ते। आओगे सारे? असी नहीं आना सर जी। क्यों? कल्लाले साथ दा मेला है सर जी। फिर सारा पिंड ही जांदा सर जी। अच्छा सारा पिंड जांदा है? हां जी। फिर तुसी क्यों नहीं जाना? तुसी भी जाओ सारे। थैंक यू सर जी। सर मैं आ जाऊंगा जी स्कूले। क्यों पुत, तू नहीं जाना मेले? ए किदे नाल जाऊंगा सर जी, एदी मम्मी तो चुप-चुप जी रहंदी है ते एदे डैडी इहनां नूं छड्ड के भज गया। नहीं बजे डैडी मेरे, नहीं बजे। मेरी मम्मी कहंदी है मेरा डैडी पक्का आऊगा, पक्का आऊगा मेरा डैडी। सर जी तुसी भी देख लियो, पक्का आऊगा मेरा डैडी। जाओ बच्चे। नानक निर्गुण गुण करे गुणवंतिया गुण दे। बाणी। हां जी। तू सारा दिन बाणी पढ़ती अखती नहीं? गुरमुख जी, जेडे कारज तो इन्नी खुशी ते सुकून मिलदा होवे, ओ ता अकेवें ते थकेवें नूं नेड़े नहीं लगन दिंदा। तुसी वेख्यो, जिस दिन थोनूं बाणी दा ज्ञान हो गया ना, उस दिन बहुत सारे सवाल हल हो जाने। अच्छा जी,
हां जी हां ना जी ना सवाल ता ओदे हल होणगे जदो पोता हो आज ही दोनों जन शहर जाओ ते टेस्ट करवा के आओ डॉक्टर नी ना सारी गल हो गई है टेस्ट ता हो ही हो जे कुड़ी होई ता सफाई भी हो बेबी ना 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 बोलना नी सिर्फ समझना है ते अमल करना है समझ गए दोवे जी बेबी 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 मास्टर जी हाँ जी हाँ, हाँ जी क्या बात सुख तो है हाँ जी सुख है जी इधर आओ आओ इधर बैठो माफी चाहना सूबेदार साहब पता नहीं अपने केड़े ख्यालों के वहना च बह गया सी तुहानू सुन ही नहीं सकिया मास्टर जी कई गल्लां कई दुख घटनावां इह जिहियां हुंदियां है जो बंदे तो उहदा आपा खोल लैंदियां है ए मेरी बेटी बिंदर किसी टाइम चुप ही नहीं सी रहिंदी मैं उहनूं रेडियो कहिंदा हुंदा सीगा हुण देख लो हालात ने ऐसा म्यूट द बटन दबिया है कि मेरी बेटी मिट्टी दी गुड्डी बन के रह गई है सुखी बिंदर दे घर आला जदों इराक गया है बहुत खुश सी तीसरे दिन उहदा फोन आ जाना बड़ी खुशी दे दिन निकले हो अज आंदा है कल आंदा है कहिंदे ने कई साल लगाते पर वो आया नहीं मुड़ के हुण तां 10 महीने हो गए हैं ना उहदा कोई फोन आया ना कोई चिट्ठी पत्र कोई कहिंदा है वो अमरीका नूं निकल गया है कोई कहिंदा है इराक च अतवादी है ने पता ही नहीं लगता समझ ही नहीं पैंदी सूबेदार साहब घबराहट तां हुंदी है फिर बंदे नूं कुछ माड़ा सोच के बरखुरदार फौजी हाँ घबराहट तक कदे कातर दी जंग च नहीं हुई मैनू जिथे ए सीना छली हो सकता सी धी का बिन्या कलेजा बर्दाश्त नहीं होता मैनू बिंदर मेरे सामने तो चुप चुप जी रहती है पर मैं जानता है कि जिन्नी वो शांत दिसदी है उन्नी है नहीं मास्टर जी मैं प्यो है उदा जानता है सब कुछ कि लुक लुक रोंदी है वो सुखी सुखी भुख गया उम्मीदा रब दा फाड़ा है पर तो खबरदाश्त नहीं होना मेरी थी तो बड़ा प्यार कर दिया उस सुखी नु सुखदा साहब तुसी इदा करदे चंगे नहीं लगते नानक चिंता मत करो चिंता तिस ही है जल मैं जंत उपायन तिना भी रोजी दे इन्ना कहूंगा मैं तो जो बापा जी नु कूड़े च प्या लभ्या सी कोई कूड़े सिट गया सी मैनू मैनू नहीं पता मेरे माँ बाप कौन ने बस इन्ना पता है भी पापा ही चिट्ठियां बंडन गए सी ते मैं उन्हें लभ गया सी इहदा पापा छड़ा सी जी रब ने न्याणा दे के लाटरी कढ़ती मुफ्त मुफ्ती ते ना धरता लाटरी हुण दसो तू माड़ी किस्मत कीदी होगी जिन्हू आई नहीं पता भी उहदा धर्म की है गोद की है जात की है लाटरी तेरी जात फिर सब तो वधिया मानस क्योंकि गुरु नानक दे असली सिख दी जात ही हुंदी है
मानस की जात सब है एक ही पहचान। लॉटरी तू इस गल ते जो रोना है भाई तेनू कोई कूड़े च सिट गया सी, तू इस गल ते रब दा शुक्र क्यों नहीं मनाउंदा भाई तेनू कूड़े च कोई चक लिया सी। रब दा किते मैनू टक्कर दे ना कल्ले नू, फिर पुछा ओदी जात की है। बैंक वाले जब तू तमंग पिछे ला छड़े ने ना कोई गल ना बात। गलबात क्यों नहीं सोही सा? किने कहा सी लड़की दी शादी ते आपां हड्डियां चक के फाहा लईए, क्यों इन्ना कर्जा चक्किया? ये दो तरह के बंदे जिंदगी च जरूर मार खांदे ने, एक तो जिहड़े सिर्फ सोचते और करते कुछ नहीं, और एक जिहड़े करके सोचते है भई आ मैं की कीता। मास्टर हुण मैं तो गले में जात ना बोली, जे तेरे सिर ते मेरे वांगू कर्जे दी पंड हुंदी ना फिर आ लेक्चर झाड़दा मास्टरी वाला। सोही साहब पहला तो मैं सिर ते कर्जे की पंड चढ़ाउंदा ही ना, जे चढ़ भी जांदी ते ट्रैक्टर ट्रुक्टर की परवाह ना। ट्रैक्टर नहीं, ट्रैक्टर ट्रैक्टर हुंदा है जट दे पुत वर्गा। माफ करियो सोही साहब, पुत दा रब ने थोनू इको ही दिता है और उहदा नां है आसी। जिहड़ा जोर लाउणा ना उहनू बंदा बनाउण ते लाओ। पाणियां नू गंदले कहण तों पहलां अपने हत्थां दी मैल वल जरूर चाख लेना चाहिए। जख्म दी दवाई लभी दी है सोही साहब, ऐ जख्म दी नुमाइश ला के लोकां तों तरस नहीं इकट्ठा करीदा। जिन्हें चुंझ दित्ती है ना चोग तो दे ही दिंदा। ऐदा ठेकियां ते बह के दारू पी के अपने दुखां दे कीरने पाउणा कोई मर्दां दा काम नहीं हुंदा। जे मैं कोई वध घट कह गई जी तो मैनू माफ कर दिओ। माफ मूफ नहीं करदा कहनू, अज फिर किसे दा बेड़ा बैठा ओ मेरी लोई समेत को स्कूटी चाके ले गया। कौन ले गया? के खिला रिया सी भाई, कोई चोरी ना कर ले। ओ केड़ा करके ले गया चोरी? ओ मेरे मेरे हुंदिया तेरे तेरे भरा दे हुंदिया केड़ा ले गया, मैं लब के देऊं तेरा वीर सच्चा वीर सच्चे पर रुपया 200 लगू। हैंगर जिंदाबाद नहीं, हैंगर मुर्दाबाद। क्योंकि हैंगर और लॉटरी है जेड़े रोज तेनू मिलके मूर्ख बनाउंदे है। ये आप ही तेरी चीजा पहलो लुकाउंदे है फिर ओही लभाउण दे तेरे तो पैसे लैंदे और पिछे खड़े स्कूटर तेरा। ठीक है, अज तो बाद जिंदाबाद नहीं, हैंगर ते लॉटरी मुर्दाबाद। ओ सॉरी यार सॉरी। गुरमुख सर ना मेले ते चले आ, मैं उन्हां नाल चला जावां। ओ बोलो महाराज कुछ। तेरी खुशी लई ते मैं जिउंदी आं। अच्छा फिर मिठू जड़ दा कुर्ता पजामा कर दियो, मैं आया ना आके। आजा आजा सर जी, तुसी धक्के ना जॉगिंग करा रहे हो। ले आपो तो 2 किलोमीटर दूर ता मेला है सारा अपने पिंड तो, है ना? आधा किलोमीटर आप आ भी गए, क्यों थक गया तू? ओहो सर जी गल थकन दी नहीं आ, मिठू जट दी टावर खराब हुंदी आ ते हा डस्ट वाला पाउडर फ्री ची मेकअप करी जांदा। समझिया करी दे ना, ट्राई टू अंडरस्टैंड। तैनू गल्लां बड़ियां आउंदियां वा सर जी। देखो डैडी ता हुण साडा आउंदा नहीं, जे गल्लां नहीं आउणगियां फिर ता जट कल्ले ही रहजू। ना पुत आजू डैडी भी, तेरी गल चलते रही है बाबा जी नाल, है ना? सर जी बाबा जी ता ना हले अरदासा ही करा रहे आ। वैसे सर जी थोड़े डैडी की कम करदे आ? मेरे डैडी दी ना पुत बाबा जी कोल पक्की ड्यूटी लगी हुई है। अच्छा एदा मतलब थोड़े डैडी जी दी यस होगी? यस नहीं पुत, डेथ होगी उन्हें दी। डेथ कहंदे हो? सर जी बैड शब्द आ, मैं हजे शब्द ना यूज नहीं करदा। वैसे सर जी तुसी आपदे डैडी जी नाल मेला देखण जांदे सी? मैं तां पुत मेला ही अपने डैडी जी दे नाल देखण जांदा हुंदा सी। डैडी दे कनेड़े चढ़ के मेला देखण जाना, मेला एड्डा वड्डा दिसदा हुंदा सी डैडी दे कनेड़े चढ़ के। उथे चंडोल झूटनी, उथे पकौड़े खाने, कुल्फा खाना, डैडी जी आ लै दो, डैडी जी आ लै दो। तेनु पता डैड की होया मिठू, रुक गया मेले नहीं जाना? सर जी मैं मेला नहीं देखना। क्यों? हुन ता मैं मेला कनेड़े चढ़ के देखू। आजा पुत मेरा फिर आजा।
ਬਹਿ ਜਾ ਕਨੇੜੇ ਆ ਤੁਹਾਡੇ ਨਹੀਂ ਸਰ ਜੀ ਆਪਦੇ ਡੈਡੀ ਦੇ ਇਹ ਗੱਲ ਮਿੱਠੂ ਦੀ ਪੱਕੀ ਆ ਕੱਚੀ ਨਹੀਂ ਮਿੱਠੂ 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 ਬਾਬਾ ਜੀ ਡੈਡੀ ਤਾਂ ਮੇਰੇ ਹੈਗੇ ਆ ਨਾ ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦੋ ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦੋ ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਾ ਕੱਟੀ ਹੋ ਜਾਣੀ ਆ ਰਾਤ ਨਾਲ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਹਾਂ ਹਾਏ ਮੇਰਾ ਬਸ ਸਿਰਾ ਫੀਲਿੰਗ ਫੇਰ ਬਈ ਫੇਰ ਕੀ ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ ਫਿਰ ਅਖੀਰਲਾ ਲੜ ਤਾਂ ਵਾਲਾ ਔਖਾ ਲੱਗੇਗਾ ਨਾ ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂਗੇ ਪੱਗ ਸੈੱਟ ਕਰਾਉਣਾ ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ 'ਤੇ ਜਾਣਾ ਅਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ 'ਚ ਲੈਣ ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ ਫਿਰ ਲੋਕ ਹੀ ਵਿਕਾਸ ਆਇਆ ਕਰਨਗੇ ਫੋਟੋਆਂ ਕਰਾਉਣ ਵਾਲੇ ਸ਼ੋਅ ਬੁੱਕ ਕਰਨ ਵਾਲੇ ਨਾਲੇ ਆਹ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਨਾ ਇਹ 80 ਦਾ ਪਿੰਡ ਵੱਜਿਆ ਕਰੂਗਾ ਦੇਖੀ ਜਾਈ ਤੂੰ ਹਲੇ ਗੱਲਾਂ ਹੀ ਨੇ ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ ਉਹ ਬੁਲਾਇਆ ਸੀ ਯਾਰ ਇੱਕ ਨੇ ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ 20 ਲੱਖ ਲੱਗੂ ਕੱਢ ਦਿੰਦੇ ਆ ਸੀਡੀ ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ ਉਹ ਲੈ ਉਹ ਲੀ ਤੇ ਤਾਂ ਆ ਗਈ ਸਮਝੋ ਆਹ ਕਦੇ ਫਾਰਚੂਨਰ ਆਹ ਕਦੇ ਮਰਸੈਡੀ ਆਹ ਕਦੇ BMW ਜਿੰਨੀ ਮਿੱਟੀ ਵਿੱਚ ਲਿਟਣੇ ਰੱਖੜੀ ਦਾ ਕਰਜ਼ਾ ਮੈਂ ਲਾਉਣਾ ਚੱਲ ਜ਼ੁਬਾਨ ਨਹੀਂ ਖੋਲਣੀ ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਦ ਬਣਾ ਸਕਦਾ ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ ਜੇ ਉਹ ਸਰਾਹ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫ਼ਨ ਕਰਕੇ ਰੱਖ ਦੂੰਗਾ ਔਰ ਇੱਕ ਗੱਲ ਹੋਰ ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ ਡੈਡੇ ਦਾ ਕਾਲਜ ਖਤਮ ਬਹੁਤ ਹੋ ਗਈਆਂ ਪੜ੍ਹਾਈਆਂ ਹੁਣੇ ਨੂੰ ਸਿਰਫ ਇੱਕ ਡਿਗਰੀ ਮਿਲੋ ਵਿਆਹ ਦੀ ਅਸੀਂ ਜਿਉਂਦੀ ਹੈ ਮਰੀ ਨਹੀਂ ਬਾਪ ਹੈ ਮੈਂ ਉਹਦਾ ਨਹੀਂ ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ ਖੂਨ ਦੇ ਹੰਝੂ ਰਵਾਓ ਤੈਨੂੰ ਪਿੰਡ 'ਚ ਪੋਰਾ ਇੱਜ਼ਤ ਨਹੀਂ ਰਹੀ ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ
ते तू केड़ियां इज्जत दियां गल्लां करदा है। ओए मेरे व्याह ते पिंड दा पंच नहीं सी सद होया ते तू जिद्दन तू मरेगा ना सीएम होगा सीएम। जदों परछावां कद नालों ते गल्लां औकात नालों वड्डियां होण लग जाण तां समझो सूरज डुब्बण वाली है। धीए एक खूह ते एक आशिक दोवां दी गहराई दा अंदाजा लाउणा बड़ा औखा हुंदा। सौखा तां इश्क करना भी नहीं। इश्क तां भी डाढा ही औखा। आ तूं ही ते वेख लै इश्क च डेंटिंग पेंटिंग कराई फिरदा कि नहीं। चंगा शिंगारिया अगलिआं ने जट कनी दा झाकदे वी लोकी पुछ के आ हथ कहिड़ा लाजू खिलार के नहीं रख दूं। आया वड्डा है देख भी काका एक तां नशेड़ी उत्तों कुड़ी दे भाई कुट्टिया बहुत बिकर खो के उन्होंने। शुक्र कर भी मैंटलां हथों बच गया तू। गल सुन जब थोड़ा रिश्ता ही टुट गया थोनू पता भी विआह होना ही नहीं ते फिर तू ते मन्नत क्यों कुंडलियां जी मिलाउंदे फिरदे हो। यार मैं ते मन्नत एक दूजे नूं जाणदे भी नहीं सी। बापू उन्होंने अपनी यारी दोस्ती दे चक्कर साडा विआह पक्का करता ते जदों एक दूजे नूं चाहुण लग पए ते कहिंदे रिश्ते नूं जवाब दे दो। हद है यार रिश्ता तो कितने राह जाते बन जाए उत्थे जवाब देना औखा हो जाता। ये फिर मूँह का रिश्ता यार ये किवें टुट जू। यदा मतलब इश्क का स्यो खान का दिल करता हाँ। वो इश्क है कोई डीजे वाला गाना थोड़ी है भी घड़ी नच ले भुल गए बाद च। पक्की तार रखिए फिर मन्नत नूं पाउण दी। आपां तां यार नूं ही रब मन्ने बई। ठीक है बाकी फिर रब मान लैंदा हुंदा। महाराज कहिंदे आ ना सतगुर होए दयाल सरदा पूरी है सतगुरु होए दयाल ना कब हूं चूरी है। सतगुरु होए दयाल ता दुख ना जानी है सतगुरु होए दयाल ता हर रंग माणी है। सच्चाई ते कायम रही दा बस जवाना मिलते हैं। जिंदगी च जो भी करना ना पुत इतों दिल नाल करना है उम्मीद नाल करना है मजबूत इरादे दे नाल करना है पूरे चा नाल करना है क्योंकि कुदरत कई बारी नेड़े होके सुनती है। एक बारी एक बंदा ना मिट्टी का खड़ौना लैके बह गया लग पिया उहदियां मिन्नतां करन सोने का हो जा सोने का हो जा सोने का हो जा सोने का हो जा। शाम नूं जाके अक गया थक गया दुखी होके कहिंदा सहुरिया सोने का नहीं होना तांबे का ही हो जा। उदों कितें कुदरत नेड़े होके सुनती सी झट देनी खड़ौना तांबे का हो गया फिर लग पिया पछताउण मत्थे ते हाथ रख के भी आ की कर बैठा मैं भाई मैं तो आही कही जांदा सोने का हो जा सोने का हो जा सोने का हो जा तो हुण सोने का हो जाना सी। सो दा नुकसान कित्थे होया पुत जिथे उहदा इरादा ढिला पै गया। ठीक है सो बच्चो इरादा ढिला नहीं पैणा। वेरी गुड हुण बाकी क्लास आपां बाहर लाउणी है। ठीक है चलो 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 किदा मास्टर जी। बड़ी मेहरबानी सर तुसी दसो जी रिटायरमेंट तो बाद कितने कोई डेरा डूरा खोलन दा इरादा तां नहीं। स्कूल नूं स्कूल ही रहिंदे हो बाबिओ। आ मैं जरा दो मिंट आया कमेटी दी बोली है ध्यान रखियो मेरी क्लास दा बड़ी खप पाउंदे आ मैं बस गया ते आया। तेरा लिखिया व्यर्थ नहीं जाऊगा पुत। लाटरी लाटरी तो तेरा छोटा नाम होया वड्डा नाम की है तेरा बड़ा? लाटरी अच्छा ये होए की होया भाई ओए साडा गोद है ही। अब हैंगर हाँ जी तू इतने धरती के गेड़े दे दे के केड़ियां गिनतियां मिनतियां च पिया
चाह नहीं पियानी अज बाई वो प्या दें मास्टर जी इधर खंड वाला डब्बा गवाच गया लभ दें पर रुपया 100 लगू खड़ जा किरो वड्या सप्प तेरी मेदो सीम ओ बल्ले हैंगर दा कुत्ता हैंगर नहीं बौ बौ हुण बड़ा टपदा है दुख लगे आपदी आ रही देखो जी जदों अपने डंग वजदा तकलीफ तां उदों ही हुंदी सप्प हां जी दे भी खंड वाला डब्बा हैंगर दा ला भाई चक डब्बा अज एक कप नहीं दो कप चाह दे बना के लिया ठीक आ हां मतलब मतलब की मार्डर बाड़ पढ़ा गया अपन कोई ना अपनी बारी भी आऊ कदे लॉटरी हाँ जी वारी तो तेरी मित्र प्यारे बहुत सोहनी आने वाली है क्यों है वो जिहड़ा सतनाम वाहिगुरु नूं चिट्ठियां लिखदा सी ना उहदा पता लग गया ना लग गया नहीं ना। नहीं, नहीं मैं कह रहा कि उहनूं लभ लिया ना मैं क्यों लभां नहीं नहीं मैं लॉटरी तैनूं इह कह रहा कि मैं उहदा पता ला लिया जिहड़ा सतनाम वाहिगुरु नूं चिट्ठियां लिखदा कौन कौन मेरी क्लास की एक बच्ची है ज्योति वो लिखती है सतनाम वाहिगुरु जी नूं चिट्ठियां मां गुजर गई सी उहदी इस पिंड अपने नाने नानी को रहिंदी है 2 साल तो अपनियां चिट्ठियां ते जवाब उड़ीकदी है बेचारी कमली है गुड़ी और जेड़ी चिट्ठी पहुंचनी नहीं मास्टर जी उहदा जवाब कौन कौन लिखूगा जवाब तो लाटरी उहदा सतनाम वाहिगुरु लिखेगा सतनाम सतनाम वाहिगुरु किथे है सतनाम वाहिगुरु आ देख ਉਹਦਾ ਆਪਣੇ ਬੰਡਲ ਬਚਨ ਹੈ ਉਹਦੇ 'ਚ ਸਤਨਾਮ ਵਾਹਿਗੁਰੂ ਮੇਰੇ 'ਚ ਸਤਨਾਮ ਵਾਹਿਗੁਰੂ ਜੋਤੀ 'ਚ ਸਤਨਾਮ ਵਾਹਿਗੁਰੂ ਔਰ ਤੇਰੇ 'ਚ ਵੀ ਹੈ ਸਤਨਾਮ ਵਾਹਿਗੁਰੂ ਹੁਣ ਪਤਾ ਨਹੀਂ ਕਿ ਸਤਨਾਮ ਵਾਹਿਗੁਰੂ ਨੇ ਕਿਹਦੇ ਤੋਂ ਚਿੱਠੀ ਲਿਖਾ ਲੈਣੀ ਹੈ ਆ ਫੜ ਤੇਰੀ ਅਮਾਨਤ ਹੁਣ ਚਾਹੇ ਪੀ ਅਤੇ ਚਾਹੇ ਡੋਲ ਦੇ ਤੇਰੀ ਮਰਜ਼ੀ ਹੈ ਚੰਗਾ ਜੀ मास्टर ने तेरे कान च की किया मैनू नहीं पता पर शरेआम बोलने वाला बंदा जो कान च गल करदा फिर मसला कोई आम नहीं हुंदा आओ पुत जटां दा हलवाउंदा वड्डे तड़के दा आओ तेरी अखां मूरे कम दी जरूरत प्यारी ओए हाँ भी डड कदे कठे ते कदे अड है अरे भाई इतना सन्नाटा क्यों है मार दे करा शैदर के मिठे जे बोल सुना के हैं आसिक मैंने भूल जाई हमेशा ले अच्छा मैं क्या हुणी भूल जा के बाजा पासे रख के भुला भाई ऐ हंसता रही कल मेरी एंगेजमेंट है हो सके तो मैं माफ कर दे ओ हेलो 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 ओ हेलो चारे पासे दिसन हनेरे ते चन चढ़दा नहीं कर दिल ते सुनिया तू ए बख्शन हारा सानू बख्श दियो तेरे लड़ लग के तां बंदा
जिंदगी ते भारे सब पासे आं तो हारे दुख जिंदगी ते भारे सब पासे आं तो हारे दाता जी वैसे लाला जी हाँ जी कोई काम रह गया सी तो भी विच ही ऐड कर लेना सी बाकी तो है ये सारे आलमोस्ट ओ की करिए मास्टर जी लोड़ा ही बहुत ने ना जे कोई होर काम भी कर सकता हो तो वह भी दस्यो हूँ पुरानी हट्टी देता जानू रहे सत्कार दे एक दूसरे नु गुरमुखो है शंभूनाथ जी को लाला जी को सेठ जी को ओ बस कर यार मास्टर मेरी किस्मत ने मेरा पहला मजाक बनाया पे उतो तू सिर खाई जाना एक किस्मत ना चार अखरां दा एक शब्द है जिन्हों तेरे वर्गे कमजोर ते नलायक पहाड़ बना के सिर दे उत्ते रख लेंदे है एक का लाला शंभूनाथ जी है किस्मत दा एक घोड़ा बना के जिंदगी दे नवे सफर ते हो तुरे है चोरां ने भरी भराई दुकान खाली करती सी ना लाला जी ने जहर पीता ना ही किस्मत दा रोना रोया जवान जहान है लाला जिंदगी नू अगे क्यों वेला फिरदा रहना खुशियां बीत जवाना हासे उगणगे हासे बेहिमते ने जो शिकवा करन मुकद्दरां दा उगण वाले उग पैंदे ने पाड़ के सीना पत्थरां दा ऑटोमोटर असस्रिया नमस्कार जी सस्रिकाल जी सस्रिकाल बेबोदी ऑटोमोटर की मलाई ने चणके बे दएगा की मैं बोल के दऊं होते तू वहीं फड़ा दूं पानी आंटी जी शंभूनाथ कहो चंगा शंभू चाचा जी चंगा भी है देख लो फिर है यहाँ बस दो है पानो आंटी जी वे अगे तो मैंने कमली दस दस ये है वे एक दो तो वो सही नंबर हो मिले है वो मैं तो आप ताजा ताजा शंभू चाचा बनया मास्टर जी मास्टर जी जेड़े रहा आए हैं उसे रहा बैक हो जो की गल हो गई अज पिहाउण वाले भी पी फिर दे ओ जेड़े पींदे सी तुसी पीनो हटाते सप भी ना पींदा नेम चक गया लाटरी भी नहीं हाथ लाउंदा पिया हैंगर मास्टर जी अगे ना वधो बैक हो जो तुसी प्रवचन दिने आ भाषण दिने आ मेरा सारा कम मिट्टी करके रखता कोई गल नहीं सोही वर्गे पंजाब च अजे बड़े बैठे शराब नु प्यार करन वाले लाटरी बह जा चाह पीने आपां ओ चाह वाला बिजनेस बंद करता तुरते फिरते नजर आओ तुरते फिरते लाटरी तू ता पीला
तेरा दारू बिना कौन है? लाटरी सोही साहब नहीं नजर आ रहे? दिखया नहीं कई दिन तो, मैं लगता उदी खबर लगन वाली है, खुदकुशी थी। फसल नहीं तो नस्ल नहीं, कर्जा ही कर्जा, मर जा तू मर जा। वाह, ए हुंदी आ अणखली गल। वो जिहड़ा पदार्थ पिछे लुको के रखिया उन्हूं अगे रखो। लुको के कीता जाण वाला काम या चोरी हुंदा या पाप, ना तो तुसी चोरी कीती है ना पाप कीता। जमना ते मरना उस कुदरत का नियम है, पर इंसान परमात्मा और कुदरत तो अगे लंघता जा रहा है। मरना उन्हें अपने हाथ च कर लिया है। मैं थोनू मरण तो रोकन नहीं आया, मैं तो सोचा कि चलो जाते बंदे ना दो चार गल कर लीए। की ना थोड़ा? हाँ, दलेर सिंह सोही, काम भी दलेरी वाला कर रहे हो, बहुत बहादुरी का काम है। मैं समझ नहीं आती कि साहब सच्चे पातशाह गुरु गोबिंद सिंह साहब नू की सुझी, अपना परिवार गवा के पातशाहियां लुटा के चारों बच्चे कुर्बान करके फिर भी चढ़ती कला च रह के यो ही कहा, इन पुत्रन के शीस पर वार दिए सुत चार, चार मुए तो क्या हुआ जीवत कई हजार। पर अफसोस कि उन्हां दी कौम दे वारिस अज एक ट्रैक्टर गवा के फसल च काटा खा के अजहर दियां बोतलां चुकी फिरते ने। ठीक है जी, मर्जी है तुहाडी। हाँ, कोई आखरी ख्वाहिश होवे तां दस दिओ, जां लाणेदारनी नूं कोई सुनेहा देना होवे, जां अग्यापाल सिंह नूं कुछ कहना होवे, जिन्हें विचारे ने सवेरे कर्जा चुक के तुहाडियां अंतम रस्मां करनियां ने। चलो मिलते हैं, आओ मिलना तो कादा हूँ। क्योंकि गया बंदा कदे मुड़ता नहीं ते अगला जन्म हुंदा नहीं। काश अगला जन्म हुंदा,
मैं एक बहादुर इंसान बन के पैदा हुंदा। मेरिया कमजोरियां ने मेरे रास नहीं करते। अपने मुकद्दरां च हनेरे मैं आप लिख ले। देखो जी, साड़ा तो बिजनेस है, मैं अबोर्शन नहीं करेंगी तो कोई होर करेगा। तुसी चंगी तरह सोच लो, उहदा फिफ्थ मंथ चल रहा तो अबोर्शन करन नाल उहदी जान नूं खतरा भी हो सकदा। कुछ नहीं हुंदा उहदी जान नूं, तुसी अपना काम करो। देखन नूं तो तुसी बड़े जेंटल लगदे हो। अबीबी चुप, तुसी अपनी कहती असी अपनी कहती। भाई साहब, तुहानूं आके कुछ पेपर साइन करने पैणगे। जा जा हुण। बीबी सोच ले। जा हुण। ਜਾਇਆ ਸੀ ਨਾ ਤੁਹਾਨੂੰ, ਉਹਦੀ ਸਾਰੀ ਬੋਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ ਹੈ। ਹਾਂਜੀ, ਗਿਣਤੀ ਦੇ ਸਾਈ ਆ ਉਹਦੇ ਕੋਲ। सिर्फ तू चाहिए बाणी, मैनू और कुछ नहीं चाहिए बाणी। तू ड्रॉप कर चली। वाणी, मेरा तेरे नाल प्रॉमिस है, मैं अगे तो कभी नहीं रोवांगा, ठीक है?
एक बारी रज के रोलन दे बाणी पुत तेरा बापू किधर नो गया ओ जाना किथे बेबे मैंने तो लगदा हले उठे ही नहीं तेरा दिमाग ता ठीक है आखे उठे या नहीं पाठी लगदे नु ता उठ खड़दा ओ ओ पता नहीं बेबे किथे यार मैं नहीं देखया अच्छा वे आसी कुछ करता नहीं लिया उन्हें जमे पट्टे जावांगे आपा ता बापू बापू की होया वा सारा बापू दा ओ जागदा जिवें आ जिवें तुंदे च गधा जागदा होवे ओ मैं तां माड़ा जिहा शरीर खोल रहा सी सालो जमा जुगा लै पिया आपदी मां नूं कह दुध गर्म करे लेचियां लुचियां पा के माड़ा जिहा मख्याल भी पा देवे मख्याल ओए हनी ਲੈ ਬੇਬੇ ਪਾ ਲੈ ਆਪਣੇ ਆਣੀ ਲਈ ਦੁੱਧ ਚ ਹਨੀ ਇਹਦੇ ਵਾਸਤੇ ਵੀ ਕਰ ਲਈ ਥੋੜਾ ਜਾ ਅੱਜ ਤੋਂ ਮੈਂ ਤੇ ਮੇਰਾ ਪੁੱਤ ਖੇਤਾਂ ਚ ਡੱਗਿਆਂ ਵਾਂਗੂ ਕੰਮ ਕਰਿਆ ਕਰਾਂਗੇ ਢੱਗੇ ਵੱਢਦੇ ਯਾਰ ਮੇਰਾ ਪੁੱਤ ਨੱਕੇ ਮੋੜਿਆ ਕਰੂ ਹੈ ਵਾਢੀਆਂ ਕਰਿਆ ਕਰੂ ਨਾਲੇ ਇਹਦੀ ਉੱਥੇ ਗਾਉਣ ਦੀ ਪ੍ਰੈਕਟਿਸ ਹੋ ਜਾਇਆ ਕਰੂ ਨਾਲੇ ਜਿਮ ਲੱਗ ਜਾਇਆ ਕਰੂ ਮੰਨ ਗਏ ਵੀ ਛੱਟ ਦੀ ਸਕੀਮ ਨੂੰ ਹੁਣ ਨਹੀਂ ਹੱਥ ਲਾਉਂਦੇ ਸ਼ਰਾਬ ਦੇ ਭੀਮ ਨੂੰ ਚਲੋ ਆ ਜਾ महाराज लम्मी आमरा दवे बैंक वाले अनु जे ओ ट्रैक्टर ना लेके जांदे तो साडे आले बंदे ने बंदा नहीं सी बनना मुद्दा बाद हसते देखे आसी दे बापू नु शुक्र है दात्या शुक्र है सर मेरे प्यारे बच्चियो पर कुछ ज्ञान ऐसा है जो सिर्फ किताबा तो ही नहीं बल्कि आम जिंदगी चो मिलता है माता पिता दे सत्कार तो सियाने लोकां दी संगत तो नेक कम्मां दे तजर्बे तो आओ परमात्मा तो आपां कोठियां पैसा गड्डियां मंगन दी बजाए नेक कम्मां दी दात मंगिए दे शिवा वर मोहे है शुभ कर्मन ते कबहू न डरूं न टरों अरसो जब जाए लरों निश्चय करे अपनी जीत करूं निश्चय करे अपनी जीत करूं निश्चय करे अपनी जीत करूं शुक्रिया गुरमुख जी राव खोण लई आज तो स्कूल टाइम च नो जाना नो आना सिर्फ पढ़ाना तेज दी शुरुआत हुण तो ही चलो नीतू मैडम क्या बात है जी एक बारी सर ले भी तालियां मार दे बच्चों शुक्रिया आओ मैडम चलो आओ जी आओ जी आओ जी लाटरी जी मोस्ट वेलकम जी लेट हो गए तुसी तुहानू बच्चियां दा जलवा दिखाउणा सी चलो ज्योति देखण आयो केड़ी है नहीं माटरी ज्योति नू मैं जानता दरअसल आज उहदा जन्मदिन है अच्छा पर तुहानू किदां पता मेरे तो चिट्ठी पढ़ी गई सी चिट्ठी पढ़ ली पर लिखी नहीं
ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੈ ਲਾਟਰੀ ਸਾਹਿਬ। ਅੱਜ ਬੱਚੀ ਨੂੰ ਚਿੱਠੀ ਦਾ ਗਿਫਟ ਹੀ ਦੇ ਦਿੰਦੇ। ਲਿਖਣੀ ਹੋਣੀ। ਠੀਕ ਹੈ, ਮਰਜ਼ੀ ਹੈ ਵੀ ਤੇਰੀ, ਚਿੱਠੀਆਂ ਵਾਲੇ ਵੀਰਾ। ਕੀ ਕਹਿੰਦੇ ਸਰ ਜੀ? ਸਰ ਜੀ ਮੇਰੀ ਗੱਲ ਸੁਣੋ ਜੀ। ਇੱਕ ਮਿੰਟ ਇੱਕ ਮਿੰਟ, ਬੋਲਣਾ ਨਹੀਂ ਠਹਿਰ ਜਾ, ਪਹਿਲਾਂ ਮੇਰੀ ਗੱਲ ਸੁਣ ਜ਼ਰਾ। ਆ ਫੜੋ 100 ਰੁਪਈਆ, ਅੱਜ ਸਾਡੀ ਜੋਤੀ ਬੇਟੀ ਦਾ ਹੈਪੀ ਬਰਥਡੇ ਹੈ। ਫਟਾਫਟ ਹਲਵਾਈ ਕੋਲੋਂ ਜਾ ਕੇ ਨਾ 100 ਰੁਪਏ ਦੇ ਵੇਸਣ ਦੇ ਲੱਡੂ ਲਿਆਓ। ਠੀਕ ਹੈ ਜੀ। ਬਹੁਤ ਪਿਆਰੇ ਵਾਹਿਗੁਰੂ ਜੀ, ਪਛਾਣ ਤਾਂ ਤੁਸੀਂ ਲਿਆ ਹੀ ਹੋਣਾ। ਮੈਂ ਚਿੱਠੀਆਂ ਵਾਲੀ ਜੋਤੀ ਬੋਲਦੀ ਹਾਂ। ਮੇਰੀ ਮੰਮੀ ਨੂੰ ਨਾ ਮੇਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ। ਵਾਹਿਗੁਰੂ ਜੀ, ਅੱਜ ਨਾ ਸਰ ਨੇ ਮੇਰਾ ਬਰਥਡੇ ਬਹੁਤ ਸੋਹਣਾ ਮਨਾਇਆ। ਹੈਪੀ ਬਰਥਡੇ ਡੀਅਰ ਜੋਤੀ, ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਜੋਤੀ। ਸਰ ਨੇ ਨਾ ਮੈਨੂੰ ਬਹੁਤ ਸੋਹਣਾ ਗਿਫਟ ਵੀ ਦਿੱਤਾ। ਅੱਜ ਵੀ ਵਾਹਿਗੁਰੂ ਜੀ ਤੁਹਾਡੀ ਚਿੱਠੀ ਨਹੀਂ ਆਈ। ਤੁਸੀਂ ਜਿਸ ਦਿਨ ਦਾ ਮੰਮੀ ਨੂੰ ਕੋਲ ਬੁਲਾ ਲਿਆ ਹੈ, ਉਸ ਦਿਨ ਤੋਂ ਬਾਅਦ ਕਦੀ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ। ਜੇ ਹੁਣ ਵੀ ਜਵਾਬ ਨਾ ਦਿੱਤਾ ਨਾ ਤਾਂ ਮੈਂ ਮਾਰ ਜਾਣਾ। ਮੈਨੂੰ ਪਤਾ ਲੱਗ ਗਿਆ ਕਿ ਮਰ ਕੇ ਮੈਂ ਮੰਮੀ ਨੂੰ ਮਿਲ ਸਕਦੀ ਹਾਂ। ਮੰਮੀ ਦਾ ਹਾਲ ਦੱਸ ਦਿਓ ਪਲੀਜ਼। ਚੰਗਾ, ਸਤਿਨਾਮ ਵਾਹਿਗੁਰੂ ਜੀ, ਮੈਂ ਤੁਹਾਡੀ ਚਿੱਠੀ ਦਾ ਵੇਟ ਕਰੂੰਗੀ। ਪਿਆਰੀ ਬੇਟੀ ਜੋਤੀ, ਬਹੁਤ ਬਹੁਤ ਪਿਆਰ। ਜੋਤੀ ਬੇਟਾ, ਮੈਂ ਤੇਰਾ ਵਾਹਿਗੁਰੂ ਵਾਹਿਗੁਰੂ ਦੁਨੀਆ ਨੇ ਉਲਝਾ ਰੱਖਿਆ ਸੀ ਤਾਂ ਜਵਾਬ ਨਹੀਂ ਦੇ ਸਕਿਆ ਬੇਟਾ। ਹੁਣ ਤੇਰੀ ਹਰ ਨਵੀਂ ਪੁਰਾਣੀ ਚਿੱਠੀ ਦਾ ਜਵਾਬ ਦਿਆ ਕਰੂੰਗਾ। ਜੋਤੀ, ਤੇਰੀ ਮੰਮੀ ਬਹੁਤ ਖੁਸ਼ ਹੈ ਬੇਟਾ। ਹਾਂ ਸੱਚ, ਅਸੀਂ ਵੀ ਤੇਰਾ ਬਰਥਡੇ ਮਨਾਇਆ ਸੀ, ਕੇਕ ਕੱਟਿਆ ਸੀ, ਉੱਥੇ ਪਰੀਆਂ ਆਈਆਂ, ਪਰੀਆਂ ਨੇ ਡਾਂਸ ਕੀਤਾ ਤੇ ਸਾਰਿਆਂ ਨੇ ਰਲ ਕੇ ਗਾਇਆ ਸੀ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਜੋਤੀ। ਤੇਰੀ ਮੰਮੀ ਬਹੁਤ ਖੁਸ਼ ਹੋਈ ਸੀ ਬੇਟਾ। ਪਰ ਅਸੀਂ ਸਭ ਤੇ ਤੇਰੀ ਮੰਮੀ ਤੇਰੇ ਨਾਲ ਨਾਰਾਜ਼ ਹਾਂ। ਜੋਤੀ ਬੇਟਾ, ਤੂੰ ਉਦਾਸ ਨਾ ਹੋਇਆ ਕਰ। ਤੈਨੂੰ ਉਦਾਸ ਦੇਖ ਕੇ ਤੇਰੀ ਮੰਮੀ ਬਹੁਤ ਉਦਾਸ ਹੋ ਜਾਂਦੀ ਹੈ, ਫਿਰ ਉਹਦਾ ਜੀ ਨਹੀਂ ਲੱਗਦਾ। ਤੂੰ ਹੱਸਿਆ ਕਰ। ਤੂੰ ਹੱਸਦੀ ਹੈ ਤਾਂ ਤੇਰੀ ਮੰਮੀ ਹੱਸਦੀ ਹੈ। ਤੂੰ ਥੱਲੇ ਜੋ ਵੀ ਕਰਦੀ ਹੈ ਨਾ ਬੇਟਾ, ਤੇਰੀ ਮੰਮੀ ਸਭ ਦੇਖਦੀ ਹੈ। ਮੰਮੀ ਦਾ ਫਿਕਰ ਨਾ ਕਰੀ। ਹਾਂ ਸੱਚ, ਮੰਮੀ ਵੱਲੋਂ ਬਹੁਤ ਬਹੁਤ ਪਿਆਰ। ਤੇਰਾ ਆਪਣਾ ਸਤਨਾਮ ਵਾਹਿਗੁਰੂ। ਲਵ ਯੂ ਵਾਹਿਗੁਰੂ ਜੀ, ਲਵ ਯੂ ਮੰਮੀ। ਇਹ ਸੱਚੇ ਪਾਤਸ਼ਾਹ ਜੀਓ, ਤੁਹਾਡੀ ਕਿਰਪਾ ਦੇ ਨਾਲ ਸੰਭੂ ਵਾਸ ਨੇ ਨਵਾਂ ਜਨਰਲ ਸਟੋਰ ਖੋਲ੍ਹਿਆ। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਉਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ, ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਅਤੇ ਮਾਫ਼ੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚ ਯਾਰ, ਅੱਜ ਤੱਕ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚੀਏ। ਹੋ ਜੇ ਓ ਬਾਈ, ਆਹ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ, ਲਿਆਓ ਰੇ ਆ ਲੈ। ਓਏ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6 ਖੜੋ। ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ, ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ। ਓਏ ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ, ਕਮ ਔਨ ਲੈਟਸ ਗੋ। ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ। ਐਡਾ ਵੱਡਾ? ਹਾਂ ਬੰਦਾ ਬਣ ਜਾ ਤੂੰ ਹੈਂਗਰਾ, ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ, ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨੀ ਕਹਿਣਾ। ਕੀ ਨਾਂ ਹੈ ਜੀ ਅਸਲੀ ਤੁਹਾਡਾ? ਨਾਗਰਾਜ। ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ? ਉਹ ਕਿਵੇਂ ਬਈ, ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਦੀ। ਚਲੀਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿ ਲੈ ਸਾਡੇ ਕੋਲ ਵੀ ਮਿੱਤਰਾ। ਅੱਜ ਤਾਂ ਜੀ ਆਪਾਂ ਆਗਿਆ ਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ, ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ, ਵੇਖੀ ਮੇਰਾ ਵੀ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਤ ਐ ਕਰ, ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ, ਉਹ ਬਈ ਗੰਦ ਮੰਦ ਨਾਲ ਨੀ ਮੋਬਾਈਲ ਭਰੀਦਾ। ਹਲ ਫੜ ਕੇ ਨਾ ਬਾਪੂ ਵੀ, ਠੀਕ ਹੈ ਆ ਚੱਕ ਕਰ, ਆਹ ਫੜ ਲਓ ਜੀ। ਸ਼ਾਬਾਸ਼ ਆ ਗਈ ਬਾਈ, ਕੀ ਬਾਤ ਹੈ, ਸ਼ਾਜਾ ਚੱਕ ਦੇ ਫੱਟੇ, ਚੱਕ ਦੇ ਚੱਕ ਦੇ, ਲਓ ਜੀ ਰੱਬ ਸੁੱਖ ਰੱਖੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਖੜ ਜਾ ਇੱਕ ਮਿੰਟ, ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ, ਤੇ ਅੱਜ ਮੈਂ ਜੋ ਵੀ ਨਹੀਂ ਆ ਜੀ, ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਆ ਜੀ। ਹੱਸਦਾ ਬਾਪੂ ਯਾਰ, ਚੌੜ ਕਰਦਾ ਹੋ, ਬੈਲੀਆਂ ਦੀ ਧੀ ਨਾ ਨਿਯਾਰੀ ਲਾਈ ਦੀ, ਸੱਤ ਵਿੱਚ ਖੜ ਜੈਦ ਨਹੀਂ ਪਗਾਈ ਦੀ, ਹੋ ਗਿਆ।
हो गया? की होया पुत? अरदास दा टाइम हो गया। पुत आपा लेट हो जाना, साडे जांदियां नूं करैक्टर डे फंक्शन खत्म हो जाना स्कूले, नाले शाम नूं आउणा ते हैगा तूं। वाह सर जी, आप ही दस के भुल गए, मैं एक टाइम दा इरादा छड्ड के आपदी अरदास तांबे दी नहीं करनी। नाले तुसीं दा कहणे हुंदे हो वी करैक्टर डे ते करैक्टर नहीं छड्डीदा। बल्ले भी लाटरी कमाल करती है। कमाल तो तुसी कीती है सर, जड़ा इस लाटरी दी लाटरी कटती और तुसी भले मानस बंदे कहती क्यों बने हो? मैं भी किसी का गुनाहगार हाँ लाटरी जी। चलो बच्चो चलो भाई अगली गेम खेलिए। हम आप चप 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 लो जी फिर आज तो नौ। चलो भी बच्चे हुण आज दा विचार ठीक है? ठीक है जी। गुरु दे प्यारे इक ने सारे बहाने कढ़ना डर के हारना औखा की है सौखा करना सौखा की है औखा करना कह गए बाबा नानक बाणी रच आज सच जुगाद सच 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 मम्मी मिठू तेरे डैडी ने नहीं आना कदे नहीं आना। नहीं मम्मी आनगे मेरे डैडी पक्का आनगे। हौसला रख हौसला रखती है सियाणी बन सियाणी बन के सुख नु भेजिया सी की मिलिया मेनू। सुपेदार साहब की होया? बस डीसी ऑफिस गए सिगे, उत्थे इराक तो जड़ियां लिस्ट आईयां ना उना विच किते भी सुखी दा ना नहीं है। ले बिंदर पहने फेर क्यों घबराउनी है? हैं उम्मीद नहीं छड्डी दी हुंदी? मास्टर जी अज एक लड़का मिलिया सिगा सुखी दे नाल दा, ओ कल ही वापस मुड़िया रोलदा खुलदा जिहा, कहिंदा 6 महीने पहला मैं सुखी नूं मिलिया सीगा, हालत कुछ ठीक जी नहीं सी। मास्टर जी ओह लड़का कहिंदा कि फालतू उम्मीदां दी कोई लोड़ नहीं है। मैं वाहिगुरु जी नाल गल नहीं करनी। ऐ नहीं कहीदा हुंदा पुत, वाहिगुरु नूं थोड़ा ऐ कहीदा, वाहिगुरु सब ठीक करनगे। पापा तुहानूं तां आउणा ही पैणा, वाहिगुरु जी ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ। ਮਿੱਠੂ ਇਹਦੇ ਸਹਾਰੇ ਜੀਵਾਂ ਮੈਂ, ਮੇਰਾ ਨਹੀਂ ਜੀ ਕਰਦਾ ਜੀਵਣਾ।
ਉਹ ਲੰਗਿਆ ਲਾਲਾ ਬਸ ਆ ਹੀ ਗਿਆ ਜੀ ਸਤਿ ਸ੍ਰੀ ਅਕਾਲ ਲਾਣੇਦਾਰ ਸਾਹਿਬ ਲਾਲਾ ਜੀ ਲਾਣੇਦਾਰ ਤਾਂ ਉਹ ਖੜਾ ਮੈਂ ਤਾਂ ਉਹਦਾ ਮੋਹਲਾ ਬਲਦਾ ਉਹ ਨੰਬਰ ਹੀ ਲੱਗਿਆ ਲੱਗਦਾ ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ਓਏ ਆ ਜਾ ਲਾਲਾ ਕਿੱਥੇ ਰਹਿ ਗਿਆ ਸੀ ਦੁਪਹਿਰਾ ਹੋ ਗਿਆ ਤੁਹਾਡੇ ਰਾਜ ਕੁਮਾਰ ਨੇ ਰੌਂਗ ਨੰਬਰ ਲਾਤਾ ਪਹਿਲਾਂ ਤਾਂ ਪਤੰਦਰ ਆਈ ਘੰਟਾ ਲੇਟ ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੁਰਦਾ ਨਾ ਹੀ ਨਾ ਲਵੇ ਚਲੋ ਤੁਸੀਂ ਹੁਕਮ ਕਰੋ ਮੈਂ ਆਪਣੀ ਦੁਕਾਨਦਾਰੀ ਵੀ ਸਾਂਭਣੀ ਆ ਜਾ ਕੇ ਅੱਛਾ ਹੋ ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਹੀ ਕਰਤਾ ਸੱਤ ਬਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ ਕਿਸੇ ਹੋਰ ਨੂੰ ਕਿਹਾ ਹੋਇਆ ਤੇਰੇ ਵੱਸ ਦਾ ਕੰਮ ਨਹੀਂ ਹੈ ਓਹ ਜੀ ਵਧਿਆ ਘਰਾਂ ਦੀਆਂ ਵਧੀਆਂ ਮਿਰਚਾਂ ਗੁੱਸਾ ਨਾ ਕਰਿਓ ਗੱਲ ਦਾ ਇੱਕ ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ ਪੈਸਾ ਤਾਂ ਕੀ ਆ ਬਸ ਤੁਸੀਂ 100,000 ਰੁਪਈਆ ਦੇ ਦਿਓ ਦੋ ਆਪਣੀ ਤਾਂ ਘਰ ਦੀ ਗੱਲ ਹੈ ਚਲੋ 50,000 ਹੀ ਦੇ ਦਿਓ ਆ ਜਾ ਚਲੋ ਆ ਜਾ ਜਾ ਪਿੰਕੂ 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 ਕੀ ਹੋਇਆ ਮੁੰਡੇ ਨੂੰ ਪਾਣੀ ਲੈ ਕੇ ਆਵਾਂ ਹਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ ਪਿੰਕੂ ਤੂੰ ਫਿਕਰ ਨਾ ਕਰ ਪੁੱਤ ਕਹਿ ਕੰਮ ਹੈ ਜੀ ਕੋਈ ਚਿਮਟਾ ਮਸਾਇਆ ਦਾ ਓ ਚੱਲ ਦਿਲਾ ਟੁਰ ਚੱਲੀਏ ਵੇ ਕੋਈ ਕਦਰ ਨਹੀਂ ਆਂਦਾ ਓਏ ਅਸੀ ਆ ਗੱਲਬਾਤ ਤੇਰੀ ਟੁੱਟੀ ਆ ਸੈਡ ਸੌਂਗ ਮੈਂ ਸੁਣੀ ਜਾਂਦਾ ਓ ਅਸੀ ਓ ਦੇਖੋ ਓ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ ਓ ਸੇਠਾ ਹਾਂਜੀ ਓ ਕਿਵੇਂ ਆ ਬੋਲਦਾ ਮੈਂ ਕਿਹਾ ਕਿੱਧਰੋਂ ਇੱਧਰੋਂ ਪੈਦਲ ਹੀ ਓ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਲ ਮਹਾਂ ਜਾਲ ਲੱਗਦਿਆਂ ਤੇ ਵੀ ਕੰਮ ਨੂੰ ਵੇਟ ਦੀਏ ਲੱਗਦਾ ਵੱਡਾ ਹੀ ਸ਼ਬਦਾਂ ਮਾਰ ਗਿਆ ਹੈ ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੂੰ ਲਿਆਉਂਦਾ ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ ਆਹ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ ਫਿਰ ਆਖੇਗਾ ਦੱਸਿਆ ਨਹੀਂ ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ 13 ਤਰੀਕ ਵਾਲੇ ਪ੍ਰੋਗਰਾਮ ਤੇ ਮੈਨੂੰ ਹਲਵਾਈ ਦੇ ਤੌਰ ਤੇ ਬੁੱਕ ਕੀਤਾ ਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ ਤੋਨਾ ਗੱਡਾ ਮੈਨੂੰ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ ਚ ਹੀ ਫਸ ਗਿਆ ਗੁੱਸਾ ਨਾ ਕਰਿਓ ਤੂੰ ਗੱਲਦਾ ਇੱਕ ਇਹ ਕਾਹਦੇ ਲਈ ਅੱਜ 14 ਫਰਵਰੀ ਆ ਵੈਲੈਂਟਾਈਨਸ ਡੇ ਪਿਆਰ ਕਰਨ ਵਾਲਿਆਂ ਦਾ ਦਿਨ ਅੱਛਾ ਸੌਵਾਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ ਗਾਹਾਂ ਲਈ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰ ਹੋ ਤੇਰੀ ਸਪੀਡ ਰਿਕਾਰਡ ਵਾਲੀ ਜੱਟ ਦੀ ਮੋਟਰ ਤੇ ਵਾਹ ਬਾਈ ਵਾਹ ਸਤਿ ਸ਼੍ਰੀ ਅਕਾਲ ਜੀ ਇੱਕ ਦਿਨ ਮੈਂ ਕਿਹਾ ਤੁਸੀਂ ਆਏ ਸੀ ਜਲੰਧਰ ਸਾਡੇ ਕੋਲ ਅੱਜ ਅਸੀਂ ਤੇਰੇ ਕੋਲ ਆਏ ਆ ਛੋਟੇ ਵੀਰ ਤੇਰਾ ਗਾਣਾ ਹਿੱਟ ਆ ਵੀਰੇ ਸਟਾਰ ਬਣ ਜਾਣਾ ਤੂੰ ਵਾਹ ਰੱਬਾ ਕੋਠੀਆਂ ਕਾਰਾਂ ਜਹਾਜ਼ਾਂ ਦੀਆਂ ਸੈਰਾਂ ਤੇਰੇ ਹਿੱਸੇ ਆ ਮੇਰੇ ਵੀਰ ਦੁਨੀਆ ਉਡੀਕਦੀ ਆ ਵੀਰੇ ਤੈਨੂੰ ਸ਼ਗਨ ਦੇ ਤੌਰ ਤੇ ਆ ਲਓ ਗੱਡੀ ਦੀ ਚਾਬੀ ਹਾਂਜੀ ਪਰ 3 ਸਾਲ ਦਾ ਕੰਟਰੈਕਟ ਸਾਈਨ ਕਰਨਾ ਪੈਣਾ ਮੇਰੇ ਵੀਰ ਤੁਸੀਂ ਸਾਈਨ ਦੱਸੋ ਕਿੱਥੇ ਕਰਨੇ ਜੀ ਪਰ ਕੀ ਗੱਡੀਆਂ ਨਾਲ ਜ਼ਰੂਰੀ ਇੱਕ ਹੋਰ ਚੀਜ਼ ਵੀ ਹੈ ਜੀ ਜੋ ਚਾਹੀਦਾ ਦੱਸੋ ਜਨਾਬ ਉਹ ਦੱਸ ਦਿੰਦੇ ਹਾਂ ਜੀ ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ ਸਰਦਾਰ ਦਲੇਰ ਸਿੰਘ ਸੋਹੀ ਦੇ ਦੋਨੋਂ ਪੁੱਤਰ ਹਾਜ਼ਰ ਹੋ ਲਓ ਜੀ ਵਧਾਈਆਂ ਅਸੀਂ ਦੇ ਬੇਬੇ ਤੇ ਬਾਪੂ ਨੂੰ ਮਤਲਬ ਇਹ ਜੀ ਕਿ ਇਹ ਕਾਰ ਵੀ ਤੁਹਾਡੀ ਹੈ ਤੇ ਟਰੈਕਟਰ ਤਾਂ ਤੁਹਾਡਾ ਹੈ ਹੀ ਕੀ ਹੋ ਗਿਆ ਚਾਚੀ ਲੈ ਵੀ ਅਸੀਂ ਸੀ ਲੱਡੂ ਖਵਾਉਣ ਦਾ ਵੇਲਾ ਆਇਆ ਤੇ ਚਾਚੀ ਦਵਾਈ ਖਾਣ ਵਾਲੀ ਹੋ ਗਈ ਤਾਂ ਹੀ ਜੱਟਾਂ ਦੀ ਲਾਟਰੀ ਨਹੀਂ ਨਿਕਲਦੀ ਕਦੇ ਮੈਂ ਟਰੈਕਟਰ ਤੇ ਗੜਾ ਲਾ ਕੇ ਹੋ ਰਹਾ ਹਾਂ ਕਦੇ ਹੂੰਕਾਰੀ ਕੇ ਕਦੇ ਹਾਂ ਕਰਕੇ ਕਿਹੜਾ ਦੇ ਦੇ ਓਏ ਤੂੰ ਬਾਪੂ ਲੰਮੀ ਬਾਕਾਰੀ ਕੇ ਕਿਹੜਾ ਦੇ ਦੇ ਓਏ ਲੋਕ ਤਾਂ ਚਿੱਟੇ ਦੁੱਧ ਦਾ ਵਪਾਰ ਬੇਈਮਾਨੀ ਨਾਲ ਕਰਦੇ ਨੇ ਮੈਂ ਚਿੱਟੇ ਦਾ ਵਪਾਰ ਕਿਵੇਂ ਇਮਾਨਦਾਰੀ ਨਾਲ ਕਰ ਲਵਾਂ ਨਾਲੇ ਆਪਾਂ ਕਿਹੜਾ ਕਿਸੇ ਦੇ ਧੀ ਪੁੱਤ ਨੂੰ ਧੱਕੇ ਨਾਲ ਨਸ਼ੇ ਤੇ ਲਾਈਦਾ ਹੁਣ ਜੇ ਕੋਈ ਚਿੱਟਾ ਖਾਊ ਮਰਵੀ ਕਿਹੜਾ ਅਮਰ ਹੋ ਜੂ ਅੱਛਾ ਗੱਲ ਸੁਣ ਪਿੰਕੂ 1/2 ਘੰਟੇ 'ਚ ਤੇਰੇ ਕੋਲ ਡਿਲੀਵਰੀ ਲੈ ਕੇ ਪਹੁੰਚ ਰਿਹਾ ਉਹਦਾ ਕੰਮ ਸਿਰਫ ਤੇਰੇ ਤੱਕ ਪਹੁੰਚਾਉਣਾ ਅੱਗੇ ਜ਼ਿੰਮੇਵਾਰੀ ਤੇਰੀ ਹੈ
ਅਸਮਾਨ ਸਾਹਬੋਏ ਬਿੱਕੂ 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 ਕੀ ਹੈ ਕੀ ਹੈ ਤੁਸੀਂ ਤੇ ਕਹਿੰਦੇ ਸੀ ਮੈਂ ਤੈਨੂੰ ਪਛਾ ਲੂਗਾ ਮੇਰੇ ਬੱਚੇ ਮੈਂ ਮਰਨਾ ਨਹੀਂ ਚਾਹੁੰਦਾ ਡੈਡ ਮੈਂ ਮਰਨਾ ਨਹੀਂ ਚਾਹੁੰਦਾ ਡੈਡ ਮੈਂ ਡੈਡ ਮੈਨੂੰ ਬਚਾ ਲਓ ਪਲੀਜ਼ तेरा ये दो नंबर का धंधा ते आ जुल्म खून दे हंजूर आओ तेनु पिंड च पोरा इज्जत नहीं रही ओए मेरे वर्गे सान बंदी यह जा कम कर सकते ने तेरे पिंड दी खस्सी जनता सिर्फ गल्ला कर सकती है ते तू केड़ी इज्जत दी गल्ला करता है ओए मेरे व्याह ते पिंड दा पंच नहीं सी सद होया ते तो जिद्दन तू मरेगा ना सीएम आऊगा सीएम ਉਹਦੀ ਮਰਜ਼ੀ ਅੱਗੇ ਆਪਾਂ ਕੁਛ ਨਹੀਂ ਕਰ ਸਕਦੇ ਮੈਂ ਮਾਰਤਾ ਦਲੇਰ ਭਾਈ ਉਹ ਦਲੇਰ ਭਾਈ ਮੈਂ ਮਾਰਿਆ ਆਪਦੇ ਪੁੱਤ ਲੋਕਾਂ ਨੂੰ ਨਸ਼ਾ ਵੇਚਦਾ ਉਹੀ ਨਸ਼ਾ ਮੇਰੇ ਪੁੱਤ ਨੂੰ ਖਾ ਗਿਆ ਉਹ ਦਲੇਰ ਭਾਈ ना जी ना गुरमुख ना जी ना हाँ जी हाँ मैं तेरा गुनाहगार मैं तुहाडा दोहां दा कतल कीता तेरा भी ते अपनी बच्ची दा भी मैं कल्ले ने नहीं रहना बाणी हुण मैं भी तुहाडे दोहां कोल आउणा चाहुंदा वाह जी प्यारे हो परमात्मा दे दित्ते हुए जिंदगी रूपी तोहफे नूं बिना वरते ही खत्म करन लगे हो मैं गुरमुख मैं किते नहीं गई मैं थोड़े अंदर जूंदी हाँ यूं मर के मैनू ना मारो जो होया वो वाहेगुरु जी की मर्जी सी बन हुक्मे अंदर सबको बाहर हुक्म ना कोई गुरुमुख जीना सीखो ते जीना सिखाओ
अपनी चुप नू तोड़ो, मेरे परशामे नू ना फड़ो, सगों पानी दी आत्मा नू पछाणो, रूहानी बाणी ते लड़ लगो। लगोंगे ना? हाँ जी हाँ। बिना धंधाले छलियां च भलाते वाहिगुरु ने इत्थे रख। हां जी, 14 फरवरी नु आख्या पाल सिंह बरात लेके जा रहा है, थोनू अज तो ही चुल्ले ने आउंदा है। ओ बल्ले ओ शेरा बल्ले। की गल करदे आ तुसी, नु छड़ के वेखो हुण ए कड़ाए च मुंह पा लेगा। सही गल है, पा कड़ाए च मुंह मैं खिचू तेरी फोटो। फोटो खिच लियो फिर तुहानू फेसबुक ते पाउनी पाउगी। पा देंगे पा देंगे। अच्छा है, दसो फिर स्टेटस की पाउंगे ओए। ए तो आज फिर मास्टर जी डिसाइड करेंगे भी। हां हां दसो मास्टर जी। हां दसो दसो मास्टर जी दसो। हां देखो जी, जे तां एक कढ़ाई दे विच मुंह पा के जलेबियां खाओगे, हां जी, फिर तो स्टेटस इक्को ही बनदा। ओ केड़ा जी? कुत्ते खान जलेबियां। पार रही तू भी। ओ एक मिनट एक मिनट, मास्टर जी नु पुछदे आ। ਮਾਟਰੀ ਹਾਂ ਜੀ, ਮਤਲਬ ਵਿਆਹ ਵੇਲੇ ਦਾ ਆਪਾਂ ਘੁੱਟ ਘੁੱਟ ਲਾ ਸਕਦੇ ਹਾਂ ਜੀ ਹੁਣ? ਲੈ ਲੈ ਸਵਾਲ, ਮੈਂ ਤੜਕੇ ਦਾ ਕਹੀ ਜਾਂਦਾ ਵੀ ਇੱਕ ਵਾਰ ਛੱਡਤੀ ਛੱਡਤੀ ਯਾਰ, ਨਹੀਂ ਲਾਉਣੀ ਨਹੀਂ ਲਾਉਣੀ। ਹਾਂ ਨੱਚਣ ਵਾਲੇ ਪੁੱਛ ਲੈਣੇ, ਮਤਲਬ ਵੀ ਨੱਚ ਤਾਂ ਸਕਦੀ। ਪੁੱਛ ਲੈ ਪੁੱਛ ਲੈ ਪਿਆਰ ਨਾਲ। ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨਹੀਂ ਦੇਖਿਆ ਜਾਂਦਾ, ਬੰਦੇ ਬਣ ਕੇ ਵਿਆਹ ਦੇਖੋ। ਇਹ ਮੈਂ ਵੈਸੇ ਹੀ ਵੇਖਿਆ ਲਾਟਰੀ ਸਭ ਤੁਹਾਡੇ ਵੱਲ ਭਾਈ, ਵਿਆਹ ਤੇ ਨਹੀਂ ਨੱਚਣਾ ਫੇਰ ਕਦੋਂ ਨੱਚੋਗੇ? पता थानू लाउड म्यूजिक डिसिप्लिन पंग करता है। बेवकूफ किसे थां दे केह जे गाने बजा रहे हैं? एडा शुभ मौका है, ओ गाना बजा। डीजे वाले बाबू मेरा गाना बजा। ਹਾਂਜੀ 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 ਕੀ ਹਾਂਜੀ ਹਾਂਜੀ ਤੂੰ ਐ ਦੱਸ ਕੀ ਦਊਂਗਾ? ਆਪਣਾ 1.25 ਲੱਖ ਰੁਪਏ ਜੀ। ਹੈ ਸਵਾ ਲੋ ਦੇਖਦੇ ਹੋ ਜੀ ਮਾਰਨੀ ਐ ਭਰਜਾਈ ਮਜ਼ਾਕ ਕਰਕੇ। ਮੈਂ ਕੀ ਕਹਾਂ, ਆ ਤੂੰ ਕਿਹਾ ਨਹੀਂ 1.25 ਲੱਖ ਦਊਂਗਾ? ਮੈਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਦਾ ਸੀ। ਓ ਵੱਡਿਆ ਗਮੰਤਰੀਆ, ਪਹਿਲਾਂ ਆਪਦਾ ਵਿਆਹ ਤਾਂ ਕਰਾ ਲੈ।
तू कित्थे कुंडली मारी बैठा है? ये तेरी पुटारी नहीं है, मेरा पुत्ता है, वो बंदिया वांगू बैठ। ओ कोई नहीं भाई, मैं करता है जहर। ओए बेअदब स्नेक बंदा बन। बेबे हां 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 ओ यार, वो जदों रिबन जा कट दे सालियां नु किन्ने पैसे देने है? वो तो तेरे बापू ने तो तेरिया मासियां नु 100 रुपया दित्ता सी। ओए बापू पंजवी फेल है, मैं अद्धी बीए करी बैठा, नाले मैं मौजूदा कलाकार हां। तू मेरे पुत्र 151 रुपया दे दी है। ओए रिबन कटाई देनी है बेबे, कोई टूल पलाई दी पर्ची थोड़ी कटाउनी है। जो दिल कर बैठ बैठ। ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ? ਆ ਸੂਬੇਦਾਰ ਸਾਹਿਬ, ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ, ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ। ਕੀ ਬਾਤ ਹੈ ਜੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ। ਇਹ ਦੋਤੀ ਹੈ ਮੇਰੀ ਜੋਤੀ। ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। हाँ अपने बाग का फुल है, पर इहदी मालन मेरी धी कैंसर दे रोग ने खा ली। इहदे दादके छोटी जी सी बेचारी जदों मेरे कोल छड्ड गए। हुण नानकियां ने तां अपनियां धीयां दे फर्ज निभाउणे ही ने। ओ छड़े छुड़े वाली गल गई वीरे, लाटरी नूं साख कराउण लग्गा मैं आपदी साली दा। 51,000 रुपया लगू। पर मैं तां तरमाईआं यार। ओ वीरे बाई नूं सिर्फ मुफ्त चाह पियाई जा सकदी है, साडू दी फीस नहीं माफ कीती जा सकदी। ओ मैं होऊंगा ना। ओ सोही साहब, ओ शेई दे बरात नूं तुर लो, कितों जांदे नूं पताउण ना खत्म हो जाणा। ओ तुसीं इत्थे कड़े जाबां दा पिड़ करी जाओगे? ओ तुहाडे वीरे दा ब्याह है, गोडे दुखदे तुहाडे, जगने चुट पओ। ओ लाओ फिर जिहड़ी कहिंदे लंकाल तूं डरदी हुंदी आ, तूं ना कचमीले आई चमकीला हुंदा।
शेर दोवे करती राणी देने जो चित करु गेड़ा मार जा करू चलो जी लो वाहगुरु का नाम ते इजाजत लईए हुण मास्टर जी एदा नहीं ए आलो आ परो मुठ नहीं 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 सोही साहब अज का दिन सिर्फ तुहाडा हक बनता जी ना 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 जिंदगी देने वाले नालो ना जिंदगी पढ़ाने वाले का हक पहला चलो जो हुक्म जी बाबे नानक दी बाणी ते अरदास ग्रेट है सर सुखी क्यों मेरा बच्चा मेरे पुत्र मेरे बच्चे कितने से तू वो कितने मासी मासी जी मैं उत्थों मुड़ के आया जिथे मौत भी हैरान हूं भी इनू कट के कौन लै गया हार गया सी मैं तो पर तुहाडियां सब दी अरदासां जित गया तू सच्चा साहिब सिफत सवालियो जिन कीती सो पार पया कहो नानक करते कियां बातां जो किस करना सो कर रहा हूं खुश है मेरी भैन हां जी वीर वाह ओए दातिया असी तानू लेना आए थी दाते ने जवाई भी मोड़ता लो हुण देखदा कौन नहीं नचदा हां जी बीबी जी सत श्री अकाल पैरी पहना जी भुल ही गया गुरमुखा कद आएगा भुलिया कित्थे जांदा बी जी भुले तो अजे वह नहीं जिहड़े सदा लई छड्ड के तुर गए माफ कर दे पुत्त मां नूं मावां भी तो माफ कर दियां आईआं ने इन्नी नाराजगी पुत्त बीबी जी मैं एक नवें स्कूल च ज्वाइन करना ज्वाइन करके फिर देखदा मारदा चक्कर तेरिया भतीजियां याद कर दिया ने पुत ये सारे साढ़े को ने मैं लेके आई हाँ अच्छा जी ठीक है बीजी चलो लाओ परौंठे फिर पहला आके थानू ही ज्वाइन करता करनी है अरदास प्यारियो किस्मत अपनी आप शिंगारियो सुख मंगिए नगर खेड़े दी दुखी नू दईए सुख पानी बचाइए वांग पत दे पुत्तां वांगू रुख बाबे नानक दी बाणी दे दिल तो अर्थ हंडाइए तीनू मंदा बोलिए ना किरत कर वंड खाइए तुहाडा प्यारा गुरमुख सिंह लै भई असी हुण आपां सारे जने मिलके आ मास्टर जी दी लिखी हुई अरदास दे नाल इक सेल्फी खिचाइए ठीक है फेसबुक ते पावांगे ठीक है ठीक है फेसबुक ते तां पावांगे उस ते तुस की लिखेगा लिखूंगा नहीं लिखांगे मिस यू मास्टरी आजो 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 ए महज तस्वीरां नहीं हन ए पंजाब दे वासी ने कदी ए घेरे सन संताली घेरे कदी चौरासी ने अज ए घेरे खुदकुशियां ने घेरे अज सियासत ने जुगनी माइया गावन वाले
घेरे अज उदासी ने सुनिया राहां हिक विच ताहां कोई नजर कलैणी रोकोवे तरस ना जायो ते पुत्तां नूं ओ पंजाब दे लोकोवे। दिलों होवे अरदास।